ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਵੀ ਹੈਵ ਅ ਸਰਪ੍ਰਾਈਜ਼ ਟੂਡੇ ਫੋਰ ਯੂ। ਅਸੀਂ ਇੱਕ ਆਪਣੀ ਹੋਰ ਸੀਰੀਜ਼ ਨਾਲ ਨਾਲ ਇੱਕ ਨਵੀਂ ਸੀਰੀਜ਼ ਅੱਜ ਸ਼ੁਰੂ ਕਰਨ ਜਾ ਰਹੇ ਹਾਂ, ਅਤੇ ਮੈਨੂੰ ਉਮੀਦ ਹੈ ਕਿ ਤੁਹਾਡੇ ਸਾਰਿਆਂ ਨੂੰ ਇਹ ਸਰਪ੍ਰਾਈਜ਼ ਸਾਡਾ ਬਹੁਤ ਪਸੰਦ ਆਏਗਾ। ਅਸੀਂ ਬਹੁਤ ਚਿਰ ਤੋਂ ਇਹ ਕੋਸ਼ਿਸ਼ ਕਰ ਰਹੇ ਸੀਗੇ ਕਿ ਇਹ ਸੀਰੀਜ਼ ਸ਼ੁਰੂ ਕਰੀਏ, ਅਤੇ ਪਰ ਅੱਜ ਗੁਰੂ ਸਾਹਿਬ ਦੀ ਮਿਹਰ ਸਦਕਾ ਸਾਨੂੰ ਇਹ ਸੀਰੀਜ਼ ਸ਼ੁਰੂ ਕਰਨ ਦਾ ਮੌਕਾ ਮਿਲਿਆ, ਅਤੇ ਅਸੀਂ ਬਹੁਤ ਹੀ ਲੱਕੀ ਫੀਲ ਕਰ ਰਹੇ ਹਾਂ, ਅਤੇ ਤੁਸੀਂ ਵੀ ਲੱਕੀ ਫੀਲ ਕਰੋਗੇ ਹੁਣੇ ਥੋੜ੍ਹੀ ਦੇਰ ਜਦੋਂ ਮੈਂ ਤੁਹਾਨੂੰ ਅੱਜ ਦੇ ਆਪਣੇ ਸਪੈਸ਼ਲ ਗੈਸਟ ਦਾ ਨਾਲ ਉਹਨਾਂ ਦੇ ਰੂਬਰੀ ਕਰਾਵਾਂਗਾ। ਸੋ ਬਹੁਤ ਹੀ ਪੁਰਾਤਨ ਸਮੇਂ ਤੋਂ ਗੁਰਸਿੱਖੀ ਦੇ ਵਿੱਚ ਬਹੁਤ ਸਾਰੀਆਂ ਰੂਹਾਂ ਆਈਆਂ ਜਾਂਦੀਆਂ ਰਹੀਆਂ ਨੇ, ਹੈ ਨਾ, ਪਰ ਕੁਛ ਕੁ ਰੂਹਾਂ ਐਸੀਆਂ ਨੇ ਜਿਹੜੀ ਕਿ ਅੱਜ ਵੀ ਸਾਨੂੰ, ਅਸੀਂ ਲੱਕੀ ਹਾਂ ਕਿ ਉਹ ਸਾਡੇ ਨਾਲ ਨੇ, ਸਾਡੇ ਕੋਲ ਉਹਨਾਂ ਦਾ ਸਾਥ ਹੈ, ਅਤੇ ਉਹ ਰੂਹਾਂ ਉਹ ਜਿਹੀਆਂ ਨੇ ਜਿਨ੍ਹਾਂ ਨੇ ਉਹ ਸਮੇਂ ਦਾ ਆਨੰਦ ਮਾਣਿਆ ਹੈ ਜਿਸ ਸਮੇਂ ਕੋਈ ਟੈਕਨੋਲੋਜੀ ਨਹੀਂ ਸੀ ਹੁੰਦੀ, ਕੋਈ ਇੰਟਰਫੇਰੈਂਸ ਨਹੀਂ ਸੀ ਹੁੰਦੀ, ਬਟ ਸਟਿਲ ਦਿਲਾਂ ਦਿਲਾਂ ਦੀ ਇੱਕ ਦੂਜੇ ਦੇ ਸਿੰਘ ਜਾਣ ਜਾਂਦੇ ਸੀਗੇ ਕਿ ਕਿਸੇ ਦੇ ਦਿਲ 'ਚ ਕਿਸੇ ਵਾਸਤੇ ਕਿਹੜੀ ਇੱਛਾ ਆ ਰਹੀ ਹੈ, ਕੀ ਪੁਕਾਰ ਹੈ, ਕੌਣ ਕਿਹਨੂੰ ਬੁਲਾ ਰਿਹਾ, ਕੌਣ ਕਿਹਦੇ ਵਾਸਤੇ ਪਿਆਰ ਨਾਲ ਵੇਟ ਕਰ ਰਿਹਾ, ਕੌਣ ਕਿਸੇ ਲਈ ਪ੍ਰਸ਼ਾਦਾ ਤਿਆਰ ਕਰ ਰਿਹਾ, ਉਹ ਸਾਰਾ ਕੁਝ ਦਿਲੋਂ ਦਿਲ ਹੀ ਬੁੱਝ ਜਾਂਦੇ ਸੀਗੇ। ਬਿਲਕੁਲ ਤੁਸੀਂ ਠੀਕ ਗੈਸ ਕਰ ਰਹੇ ਹੋ ਵੀ ਅਸੀਂ ਕਿਸੇ ਭਾਈ ਸਾਹਿਬ, ਆਪਣਾ ਭਾਈ ਸਾਹਿਬ ਰਣਧੀਰ ਸਿੰਘ ਜੀ ਉਹਨਾਂ ਦੇ ਕਿਸੇ ਇੱਕ ਸਪੈਸ਼ਲ ਸਾਥੀ ਦੇ ਨਾਲ ਹੀ ਅੱਜ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਅਤੇ ਮੈਂ ਆਪਣੇ ਕੈਮਰਾਮੈਨ ਜਸਪਾਲ ਸਿੰਘ ਨੂੰ ਰਿਕੁਐਸਟ ਕਰਾਂਗਾ ਕਿ ਉਹ ਜ਼ੂਮ ਆਊਟ ਕਰਨ ਫਰੇਮ ਨੂੰ, ਅਤੇ ਤੁਹਾਡੇ ਸਾਰਿਆਂ ਨੂੰ ਰੂਬਰੂ ਕਰਾਉਣ ਡਾਕਟਰ ਹਰਦਿਆਲ ਸਿੰਘ ਜੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਅੱਜ ਸਾਡੇ ਨਾਲ ਜੁੜੇ ਨੇ ਭਾਈ ਸਾਹਿਬ ਡਾਕਟਰ ਹਰਦਿਆਲ ਸਿੰਘ ਜੀ ਅਤੇ ਡਾਕਟਰ ਅਮਰਦੀਪ ਸਿੰਘ ਵੀਰ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਾਡਾ ਬਹੁਤ ਹੀ ਚੰਗੇ ਭਾਗ ਨੇ ਕਿ ਅੱਜ ਸਾਨੂੰ ਟਾਈਮ ਮਿਲਿਆ ਹੈ, ਅਤੇ ਅਸੀਂ ਬਹੁਤ ਚਿਰ ਤੋਂ ਕੋਸ਼ਿਸ਼ ਕਰ ਰਹੇ ਸਾਂ, ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਨੂੰ ਇਹ ਕਰਨ ਦਾ ਮੌਕਾ ਮਿਲਿਆ, ਅਤੇ ਅੱਜ ਅਸੀਂ ਵੀਰ ਜੀ ਜੁੜੇ ਹਾਂ ਭਾਈ ਸਾਹਿਬ ਜੀ ਦੀ ਪੂਰੀ ਇੱਕ ਲਾਈਫ ਨੂੰ ਆਪਾਂ ਨਜ਼ਰ ਮਾਰਨ ਵਾਸਤੇ ਵੀ ਕਿੱਦਾਂ ਕਿੱਦਾਂ ਭਾਈ ਸਾਹਿਬ ਜੀ ਦਾ ਜ਼ਿੰਦਗੀ ਦਾ ਸਫ਼ਰ ਰਿਹਾ, ਅਤੇ ਕਿੱਦਾਂ ਹੀ ਕਿੰਨੀਆਂ ਹੀ ਹਜ਼ਾਰਾਂ ਬੱਚੇ ਭਾਈ ਸਾਹਿਬ ਨੇ ਗੁਰਸਿੱਖੀ ਨਾਲ ਜੋੜੇ ਆ, ਅਤੇ ਆਲ ਦਾ ਲਾਈਫ ਭਾਈ ਸਾਹਿਬ ਕਿੱਦਾਂ ਗੁਰਸਿੱਖ ਗਾਡੀ ਰਾਹ 'ਤੇ ਤੁਰੇ ਆ। ਸੋ ਅੰਕਲ ਜੀ, ਆਪਾਂ ਸ਼ੁਰੂ ਕਰਾਂਗੇ ਤੁਹਾਡੇ ਬਰਥ ਤੋਂ, ਬਿਲਕੁਲ ਪਿੱਛੋਂ ਆਪਾਂ ਕਿੱਥੇ, ਪਲੇਸ ਆਫ ਬਰਥ, ਈਅਰ ਆਫ ਬਰਥ ਅਤੇ ਪੇਰੈਂਟਸ ਦਾ ਨਾਮ। ਤੁਰ ਕਰਮ ਜਿੰਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ 'ਤੇ ਆਇਆ, ਜਾਂ ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਤੁਰੇ ਪਿਆ ਸੰਜੋਗ। ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ ਜੀ। ਸਾਡੀ ਬੈਕਗਰਾਊਂਡ, ਸਾਡੇ ਬਾਬਾ ਜੀ ਤੋਂ ਉੱਪਰ ਤਿੰਨ ਚਾਰ ਪੁਸ਼ਤਾਂ ਜਿਹੜੀਆਂ ਸੀਗੀਆਂ ਉਹ ਸਿੱਧੇ ਨਾ ਹੁੰਦੇ ਸੀਗੇ, ਪਰ ਅਖੀਰ ਤੋਂ ਆ ਕੇ ਬਾਬਾ ਦੇਵਾ ਸਿੰਘ ਜੀ ਉਹਨਾਂ ਦੇ ਲੜਕੇ ਸੀ, ਬਾਬਾ ਦਲੇਲ ਸਿੰਘ ਜੀ ਅਤੇ ਈਸ਼ਰ ਸਿੰਘ ਜੀ ਦੋ। ਸਾਡੇ ਬਾਬਾ ਦਲੇਲ ਸਿੰਘ ਦੇ ਅੱਗੇ ਚਾਰ ਪੁੱਤਰ ਸਨ ਜੀ, ਮੁਨਸ਼ੀ ਰਤਨ ਸਿੰਘ ਜੀ, ਸਾਡੇ ਪਿਤਾ ਸ਼ੇਰ ਸਿੰਘ ਜੀ, ਮੀਆਂ ਸਿੰਘ ਅਤੇ ਬਚਿੱਤਰ ਸਿੰਘ। ਸਾਡੇ ਪਿਤਾ ਜੀ ਸ਼ੇਰ ਸਿੰਘ ਸਨ, ਅਤੇ ਇਹਨਾਂ ਦੀ ਸ਼ਾਦੀ ਹੋਈ, ਇਹਨਾਂ ਸਾਡੇ ਮਾਤਾ ਜੀ ਦਾ ਨਾਮ ਬਲਵੰਤ ਕੌਰ ਸੀ। ਮਾਤਾ ਜੀ ਦੇ ਭਰਾ ਅਤੇ ਦੂਸਰੇ ਬਹੁਤ ਸਪਿਰਚੁਅਲ ਸਾਡੇ ਸਿੱਖੀ ਵਿੱਚ ਲਿਆਉਣ ਵਾਲੇ ਉਹ ਸਨ। ਪਿਤਾ ਜੀ ਪਹਿਲਾਂ ਇਹਨਾਂ ਦਾ ਸਿਰ ਮੰਨਿਆ ਹੁੰਦਾ ਸੀ ਅਤੇ ਮਾਲਪੁਰ ਪੜ੍ਹਦੇ ਸੀ। ਪਿਤਾ ਸਾਡਾ ਪਿੰਡ ਸੀ ਬੜਾ ਨੰਗਰ, ਬੈਂਸ ਗੋਤ ਸੀ, ਉੱਥੋਂ ਫਿਰ ਇਹ ਹੁਸ਼ਿਆਰਪੁਰ ਚਲੇ ਗਏ। ਹੁਸ਼ਿਆਰਪੁਰ ਤੋਂ ਲਾਹੌਰ ਬੀ ਏ ਬੀ ਟੀ ਉੱਥੋਂ ਕੀਤੀ ਪਿਤਾ ਜੀ ਨੇ। ਹਾਂਜੀ, ਇਹ ਜਦੋਂ ਬੀ ਏ ਬੀ ਟੀ ਕਰ ਰਹੇ ਸਨ ਅਤੇ ਜਿੱਥੇ ਇਹਨਾਂ ਦਾ ਮਤਲਬ ਅੱਗੇ ਦਾਣਾ ਪਾਣੀ ਸੀ ਉਹ ਸੰਯੋਗ ਕਿਵੇਂ ਬਣਿਆ। ਇੱਕ ਸਰਹਾਲੀ ਪਿੰਡ ਹੈ, ਤਰਨ ਤਾਰਨ ਤੋਂ 12 ਮੀਲ ਅੱਗੇ ਹਰੀ ਕੇ ਪੱਤਣ ਨੂੰ ਚਲੇ ਗਏ। ਉੱਥੇ ਭਾਈ ਤੇਜਾ ਸਿੰਘ ਸਮੁੰਦਰੀ ਜੀ, ਬਾਬਾ ਕੇਰ ਸਿੰਘ ਜੀ ਅਤੇ ਦਦੇਰ ਵਾਲੇ ਬਾਬਾ ਵਿਸਾਖਾ ਸਿੰਘ ਜੀ, ਮਰਾਣੇ ਪਿੰਡ ਦੇ ਸਰਦਾਰ ਬੁੱਕਣ ਸਿੰਘ ਘੋੜੀ 'ਤੇ ਚੜ੍ਹ ਕੇ ਆਉਂਦੇ। ਇਹਨਾਂ ਦਾ ਆਪਸ ਵਿੱਚ ਖਿਆਲ ਹੋਇਆ ਕਿ ਤਰਨ ਤਰਨ ਕਿੱਡੀ ਦੂਰ ਹੈ, ਆਪਣੇ ਇਸ ਇਲਾਕੇ 'ਚ ਕਿਤੇ ਆਪਾਂ ਸਕੂਲ ਬਣਾਈਏ। ਠੀਕ ਹੈ ਜੀ।
ਇਹਨਾਂ ਨੇ ਸਲਾਹ ਕੀਤੀ ਤੋ ਬਾਬਾ ਵਿਸਾਖਾ ਸਿੰਘ ਅਤੇ ਬਾਬਾ ਕੇਰ ਸਿੰਘ ਇਹ ਕਹਿੰਦੇ ਆਪਾਂ ਕੋਈ ਉਦੋਂ ਬੀਟੀ ਜਿਹੜੀ ਸੀ ਉਹ ਲਾਹੌਰ ਹੀ ਹੁੰਦੀ ਹੁੰਦੀ ਸੀ ਅਤੇ ਪਿਤਾ ਜੀ ਸਾਡੇ ਉੱਥੇ ਸਨ ਅਤੇ ਡਾਕਟਰ ਆਪਣੇ ਸਰਦਾਰ ਮੋਹਨ ਸਿੰਘ ਅਤੇ ਮਾਸਟਰ ਸੁਜਾਨ ਸਿੰਘ ਇਹ ਤਿੰਨ ਪੂਰੇ ਆਪਣੇ ਦਾੜਿਆਂ ਵਾਲੇ ਅਤੇ ਦੂਸਰੇ ਸੀਗੇ ਇਹਨਾਂ ਨੂੰ ਪਸੰਦ ਆ ਇਹ ਪਸੰਦ ਆ ਗਏ ਅਤੇ ਇਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਇਮਤਿਹਾਨ ਦੇ ਲਓ ਸਾਨੂੰ ਪਤਾ ਵੀ ਰਿਜ਼ਲਟ ਤੁਹਾਡੇ ਠੀਕ ਹੀ ਨਿਕਲਣੇ ਹਾਂਜੀ ਅਤੇ ਤੁਸੀਂ ਸਿੱਧੇ ਸਾਡੇ ਕੋਲ ਸਰਹਾਲੀ ਆ ਜਾਓ ਅਸੀਂ ਉੱਥੇ ਸਕੂਲ ਸ਼ੁਰੂ ਕਰਦੇ ਤੋ ਇਹ ਤਿੰਨੇ ਉੱਥੋਂ ਬੀਟੀ ਦਾ ਇਮਤਿਹਾਨ ਦੇ ਕੇ ਕਰਕੇ ਅਤੇ ਸਰ ਚੱਲ ਤੇ ਇਹਨਾਂ ਦੇ ਪਿੱਛੋਂ ਆਏ ਅਤੇ ਪਹਿਲਾਂ ਹੀ ਉੱਥੇ ਚਲੇ ਇਹਨਾਂ ਦੇ ਆਖੇ ਦੇ ਮੁਤਾਬਕ ਉੱਥੇ ਇਹਨਾਂ ਨੇ ਆਖਿਆ ਵੀ ਆਲੇ ਦੁਆਲੇ ਪਿੰਡਾਂ ਵਿੱਚ ਜਿਸ ਤਰ੍ਹਾਂ ਸ਼ਾਮਲਾਤ ਜ਼ਮੀਨ ਹੁੰਦੀ ਆ ਉਹ ਸਰਾਰੀ ਪਿੰਡ ਦੀ ਕਾਫੀ ਸ਼ਾਮਲਾਤ ਜ਼ਮੀਨ 'ਚ ਉੱਥੇ ਝਾੜੀਆਂ ਬੇੜੀਆਂ ਨਿੱਕੁ ਟੁੱਕੜ ਹਾਂਜੀ ਕਿਤੇ ਛਪੜੀਆਂ ਕੁਝ ਕਈ ਕੁਝ ਚੀਜ਼ ਉਹ ਕਹਿਣ ਲੱਗੇ ਵੀ ਇੱਥੇ ਸਕੂਲ ਬਣਾ ਲਓ ਬਾਹਰ ਅਤੇ ਕਹਿਣ ਲੱਗੇ ਵੀ ਇਹ ਚਲੋ ਠੀਕ ਆ ਉਹ ਸੜਕ ਦੇ ਨਾਲ ਲੱਗਦਾ ਸੀਗਾ ਜਿਹੜੀ ਤਨ ਤਨ ਤੋਂ ਹਰੀ ਕੇ ਪੱਤਣ ਨੂੰ ਜਾਂਦੀ ਆ ਠੀਕ ਹੈ ਜੀ ਇਹਨਾਂ ਨੇ ਸਤਿਬਚਨ ਕਿਹਾ ਸਤਿਬਚਨ ਕਿਹਾ ਅਤੇ ਪਹਿਲਾ ਜਿਹੜਾ ਇਹਨਾਂ ਦਾ ਉੱਥੇ ਰਿਹਾਇਸ਼ ਦਾ ਪ੍ਰੋਗਰਾਮ ਬਣਿਆ ਇੱਕ ਬਾਵੇ ਦਾ ਡੇਰਾ ਹੁੰਦਾ ਸੀ ਉਹਦੇ ਅੱਗੇ ਇਹ ਸਾਰਾ ਸੀ ਗਾਂ ਜ਼ਮੀਨ ਉਹਦੀ ਨਾਲ ਲੱਗਦੀ ਸੀ ਸਾਡੇ ਜਿੱਥੇ ਸਕੂਲ ਬਣਿਆ ਫਿਰ ਉਹਦੇ ਨਾਲ ਵੀ ਉਹਦੀ ਜ਼ਮੀਨ ਲੱਗਦੀ ਸੀ ਉਹ ਬਾਵੇ ਦੇ ਡੇਰੇ 'ਚ ਇਹਨਾਂ ਦਾ ਤਿੰਨਾਂ ਦਾ ਉੱਥੇ ਰਿਹਾਇਸ਼ ਦਾ ਪ੍ਰੋਗਰਾਮ ਬਣਾ ਦਿੱਤਾ ਹਾਂਜੀ ਉੱਥੇ ਫਿਰ ਇਹ ਸਾਡੇ ਵੱਡੇ ਭਾਈ ਸਾਹਿਬ ਦੀ ਬਰਥ ਉੱਥੇ ਹੋਈ ਬਾਵੇ ਦੇ ਵਿੱਚ ਮੇਰੀ ਬਰਥ ਜਿਹੜੀ ਆ ਉਹ ਫਿਰ ਸਕੂਲ ਦੇ ਕੁਆਟਰ ਬਣ ਗਏ ਹਾਂਜੀ ਇਹਨਾਂ ਦੀ 1900 ਇਸ ਸਕੂਲ ਸ਼ੁਰੂ ਹੋਇਆ 1917 'ਚ ਠੀਕ ਹੈ ਜੀ ਵੱਡੇ ਭਾਈ ਸਾਹਿਬ ਦੀ ਬਰਥ ਹੋਈ 1921 'ਚ ਅਤੇ ਜਦੋਂ ਕੁਆਟਰ ਬਣ ਗਏ ਮੇਰੀ ਬਰਥ ਜਿਹੜੀ ਉਹ 1928 'ਚ ਹੋਈ ਉੱਥੇ ਪਹਿਲੀ ਮਾਰਚ ਪਹਿਲੀਆਂ ਕਲਾਸਾਂ ਜਿਹੜੀਆਂ ਬਾਵੇ ਦੇ ਡੇਰੇ 'ਚ ਲੱਗਦੀਆਂ ਰਹੀਆਂ ਉਹ ਸਕੂਲ ਦੇ ਜਿੰਨੇ ਸਟੂਡੈਂਟ ਆਉਣੇ ਰਹਿਣ ਉਹ ਡੇਰਾ ਕਾਫੀ ਵੱਡਾ ਸੀ ਅਤੇ 40-50 ਸਟੂਡੈਂਟ ਉੱਥੇ ਇਹਨਾਂ ਦੇ ਹੋ ਗਏ ਅਤੇ ਇਹ ਇਹਨਾਂ ਨੇ ਸਾਰੇ ਸਟੂਡੈਂਟਸ ਨੂੰ ਅਤੇ ਪਿੰਡ ਵਾਲਿਆਂ ਨੂੰ ਲਾ ਕੇ ਅਤੇ ਉਹ ਸਕੂਲ ਬਣਾਉਣ ਦੀ ਥਾਂ ਜਿਹੜੀ ਉੱਥੋਂ ਬੇਰੀਆਂ ਕੱਟੀਆਂ ਚਪੜੀਆਂ ਪੂਰੀਆਂ ਹਾਂਜੀ ਅਤੇ ਉਹ ਥਾਂ ਜਿਹੜੀ ਸਕੂਲ ਰੋਡ ਦੇ ਨਾਲ ਲੱਗਦੀ ਸੀ ਉੱਥੋਂ ਸ਼ੁਰੂ ਕੀਤਾ ਉਹਦਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਸਰਾਲੀ ਇਹ ਫਿਰ ਉੱਥੇ ਪਿਤਾ ਜੀ ਸਾਡੇ ਉੱਥੇ ਆ ਸਾਡੀ ਜਨਮ ਫਿਰ ਉੱਥੇ ਸਾਡਾ ਦੋਵਾਂ ਦਾ ਉੱਥੇ ਹੋਇਆ ਜੀ ਅਤੇ ਪਹਿਲੇ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਉਹਨਾਂ ਦੇ ਸਿੱਧੇ ਨਾਮ ਦੇ ਸੀ ਫਿਰ ਸਾਡੇ ਦੇਵਾ ਸਿੰਘ ਦਲੇਲ ਸਿੰਘ ਇਹਨਾਂ ਦੇ ਨਾਲ ਸਿੰਘ ਲੱਗਣਾ ਸ਼ੁਰੂ ਹੋ ਗਿਆ ਅਤੇ ਸਾਡੇ ਜਿੰਨੇ ਫਿਰ ਗਾਂ ਪਿਤਾ ਜੀ ਦੇ ਭਰਾ ਸੀ ਸਾਰੇ ਫਿਰ ਸਿੰਘਾਂ 'ਚ ਆਏ ਅਤੇ ਪਿਤਾ ਜੀ ਨੇ ਬਾਬਾ ਅਤਰ ਸਿੰਘ ਜੀ ਕੋਲੋਂ ਤਰਨ ਤਾਰਨ ਜਦੋਂ ਇਹ ਕਿਤੇ ਆਏ ਨਾ ਉੱਥੇ ਇਹਨਾਂ ਨੇ ਮਰ ਛਕੇ ਦੋਹਾਂ ਜਾਣਿਆਂ ਸਾਡੇ ਮਾਤਾ ਜੀ ਨੇ ਇਹ ਤੁਹਾਡੇ ਪਿਤਾ ਜੀ ਹੈਗੇ ਮਾਸਟਰ ਸ਼ੇਰ ਸਿੰਘ ਹਾਂਜੀ ਸੰਗਤ ਜੀ ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ ਫੋਟੋਗ੍ਰਾਫ ਹੈਗੀ ਹੈ ਇਸ ਵੇਲੇ ਵੀਡੀਓ ਇਫ ਯੂ ਕੈਨ ਪੁੱਟ ਇਟ ਆਨ ਹਾਂਜੀ ਇਹ ਹੈਗੇ ਮਾਸਟਰ ਸ਼ੇਰ ਸਿੰਘ ਹਾਂਜੀ ਇਹਨਾਂ ਦੇ ਪਿਤਾ ਜੀ ਹਾਂ ਸਾਡੇ ਪਿਤਾ ਜੀ ਅਤੇ ਇਹਨਾਂ ਦੀ ਮੁਲਾਕਾਤ ਫਿਰ ਸੰਤ ਅਤਰ ਸਿੰਘ ਮਹਾਰਾਜ ਦੇ ਨਾਲ ਹੋਈ ਹੈ ਹਾਂਜੀ ਇਹ ਹਾਂ ਇਹਨਾਂ ਦਾ ਜਿਹੜਾ ਅੰਮ੍ਰਿਤ ਛਕਿਆ ਨਾ ਹਾਂਜੀ ਉਹ ਜਦੋਂ ਕਿਤੇ ਤਰਨ ਤਰਨ ਆਏ ਉਦੋਂ ਪੂਰਾ ਇਹਨਾਂ ਦਾ ਕਾਲਾ ਦਾੜਾ ਹੁੰਦਾ ਸੀ ਕਹਿੰਦੇ ਸੀਗੇ ਅਤੇ ਮਤਲਬ ਕਿ ਇਹਨਾਂ ਨੇ ਉੱਥੋਂ ਜਾ ਕੇ ਅੰਮ੍ਰਿਤ ਛਕਿਆ ਸੀਗਾ ਤਰਨ ਤਰਨ ਤੋਂ ਠੀਕ ਹੈ ਜੀ ਸੋ ਬਾਬਾ ਅਤਰ ਸਿੰਘ ਜੀ ਦੀ ਸੰਗਤ 'ਚ ਆ ਕੇ ਤੁਹਾਡੇ ਪਿਤਾ ਜੀ ਨੇ ਉੱਥੇ ਅੰਮ੍ਰਿਤ ਛਕਿਆ ਫਿਰ ਮਤਲਬ ਵੀ ਕਿਉਂਕਿ ਸੰਤ ਬਾਬਾ ਤਾਂ ਸੋਰੀ ਅਤੇ ਫਿਰ ਬਹੁਤ ਜ਼ਿਆਦਾ ਰਾਵਲ ਪਿੰਡੀ ਵੱਲ ਅਤੇ ਹੋਰ ਬਹੁਤ ਟੁੱਟ ਫਿੱਟ ਰਹੀ ਆ ਜੀ ਪਰ ਇਹਨਾਂ ਦਾ ਫਿਰ ਮੁੜ ਕੇ ਸਾਡੇ ਪਿਤਾ ਜੀ ਦਾ
ਹਰਖੋ ਵਾਲੇ ਜਿਹੜੇ ਸੰਤ ਸੀ ਨਾ ਆਪਣੇ ਜਵਾਲਾ ਸਿੰਘ ਜੀ, ਹਾਂਜੀ, ਫਿਰ ਉਹਨਾਂ ਨਾਲ ਇਹਨਾਂ ਦਾ ਪ੍ਰੇਮ ਹੋ ਗਿਆ ਜੀ। ਤੇ ਉਹ ਕਿਤੇ ਆਉਂਦੇ ਜਾਂਦੇ ਫਿਰ ਸਾਡੇ ਘਰ ਠਹਿਰਦੇ ਹੁੰਦੇ ਸੀਗੇ ਜੀ। ਤੇ ਫਿਰ ਉਹਨਾਂ ਨੇ ਚੋਲੇ ਸਾਹਿਬ ਜਾਣਾ ਤੇ ਅੱਗੇ ਗੋਇੰਦਵਾਲ ਸਾਹਿਬ ਜਾਣਾ, ਇਸ ਤਰ੍ਹਾਂ ਮਤਲਬ ਕਿ ਜਦੋਂ ਕਿਤੇ ਦੀ ਆਉਣਾ ਤਾਂ ਉਹਨੇ ਸਾਡੇ ਘਰ ਜ਼ਰੂਰ ਮਤਲਬ ਕਿ ਦਰਸ਼ਨ ਦਿੰਦੇ ਹੁੰਦੇ ਸੀ। ਅਤੇ ਸਾਡੇ ਪਿਤਾ ਜੀ ਨੇ ਉੱਥੇ ਚੋਲੇ ਸਾਹਿਬ ਲੱਗ ਚਾਰ ਮੀਲ 'ਤੇ ਚੋਲਾ ਸਾਹਿਬ ਪਿੰਡ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਤਿਹਾਸਕ ਗੁਰਦੁਆਰਾ ਉੱਥੇ, ਉੱਥੇ ਪਿੱਛੇ ਇੱਕ ਡੇਰਾ ਸੀ ਸੰਤਾਂ ਦਾ, ਧਿਆਨ ਸਿੰਘ ਉਹਨਾਂ ਦਾ ਨਾਮ ਦੱਸੇ। ਅਤੇ ਇਹ ਪਿਤਾ ਜੀ ਉਹਨਾਂ ਕੋਲ ਜਾਂਦੇ ਸੀਗੇ ਅਤੇ ਉਹ ਸ਼ਾਮ ਨੂੰ ਆਸਾ ਦੀ ਵਾਰਤਾ ਕੀਰਤਨ ਕਰਦੇ ਅਤੇ ਗੁਫਾ ਬਣਾਈਆਂ ਹੋਈਆਂ ਸੀਗੀਆਂ ਅਤੇ ਉੱਥੇ ਉਹ ਮਤਲਬ ਕਿ ਉਹ ਸਾਰੇ ਸਿਮਰਨ ਬੰਦਗੀ ਕਰਦੇ ਹੁੰਦੇ ਸੀ ਉਦੋਂ। ਹਾਂ ਆਹੋ, ਅਤੇ ਉਦੋਂ ਇਹੋ ਜੀ ਸਾਰਾ ਸੀਗਾ ਜੀ। ਮੈਂ ਤਾਂ ਬਹੁਤ ਛੋਟਾ ਸੀਗਾ ਅਤੇ ਸਾਡੇ ਸਕੂਲ 'ਚ ਪਹਿਲਾ ਸਾਈਕਲ ਜਿਹੜਾ ਨਾ ਉਹ ਇੱਕ ਮਾਸਟਰ ਰੰਗਾ ਸੋਰੀ ਹੁੰਦੇ ਸੀ 35 ਰੁਪਈਆਂ ਦਾ ਲਿਆਂਦਾ। ਹਾਂਜੀ ਠੀਕ ਹੈ ਜੀ। ਯਾਨੀ ਕਿਸੇ ਕੋਲ ਕਿਸੇ ਮਾ ਟੀਚਰ ਕੋਲ ਆਪਣੇ ਹੈ ਹੀ ਨਹੀਂ ਸੀ, ਸਾਈਕਲ ਵੀ ਨਹੀਂ ਸੀਗਾ ਅਤੇ ਟੀਚਰ ਸਾਡੇ ਸਾਰੇ ਸੀਗੇ ਅਤੇ ਉਹ ਪਜਾਮਾ ਵੀ ਕੋਈ ਨਹੀਂ ਸੀ ਪਾਉਂਦਾ, ਸਾਰੇ ਕਛਹਿਰਿਆਂ ਵਾਲੇ ਹੁੰਦੇ ਸੀਗੇ ਅੰਮ੍ਰਿਤਾ ਜੀ, ਕਿਉਂਕਿ ਖਾਲਸਾ ਸਕੂਲ ਸੀਗਾ ਅਤੇ ਉਹ ਸਾਰੇ ਉਹ ਬਾਬੇ ਜਿਹੜੇ ਜਿਹਨਾਂ ਨੇ ਲਿਆਂਦਾ ਸੀਗਾ ਉਹ ਵੀ ਸਾਰੇ ਇਸ ਬੰਨੇ ਲੱਗਣ ਵਾਲੇ ਸੀਗੇ ਸਾਰੇ, ਅਤੇ ਉਹ ਇਸ ਤਰ੍ਹਾਂ ਸੀਗਾ। ਅਤੇ ਮੈਂ ਤਾਂ ਖਿਆਲ ਕਰ ਸਾਡੇ ਮਾਸਟਰਾਂ ਨੇ ਟਾਂਗੇ 'ਤੇ ਜਾਣਾ, ਹੋਰ ਤਾਂ ਕੋਈ ਹੁੰਦੀ ਨਹੀਂ ਸੀ ਕੁਝ, ਉਦੋਂ ਉਹਨਾਂ ਨੂੰ ਮੋਟਰਾਂ ਕਾਰਾਂ ਵੀ ਨਹੀਂ ਸੀ ਹੁੰਦੀਆਂ। ਅਤੇ ਇਹ ਫਿਰ ਇਹ ਸਕੂਲ ਉੱਥੇ ਜਦੋਂ ਬਣ ਗਿਆ ਸਾਰਾ ਅਤੇ ਸੇਵਾ ਹੁੰਦੀ ਰਹੀ, ਬਿਲਡਿੰਗ ਵਗੈਰਾ ਬਣ ਗਈ, ਕੁਆਟਰ ਬਣ ਗਏ, ਪਰ ਅਸੀਂ ਜਦੋਂ ਦੇਖਿਆ ਆਪਣੇ ਹੁੰਦਿਆਂ ਟਾਂਗੇ 'ਤੇ ਜਾਣਾ ਮਾਸਟਰਾਂ ਨੇ, ਪਜਾਮਾ ਇੱਥੇ ਮੋਢੇ 'ਤੇ ਰੱਖ ਲੈਣਾ ਅਤੇ ਜਦੋਂ ਤਰਨ ਤਾਰਨ ਪਹੁੰਚਣਾ ਉੱਥੇ ਜਾ ਕੇ ਠੀਕ ਹੈ। ਯਾਨੀ ਮੇਰਾ ਅੱਛਾ ਕੋਈ ਮਾਸਟਰ ਪੈਂਟ ਨਹੀਂ ਸੀ ਪਾਉਂਦਾ ਉਹਦਾ, ਇੱਕ ਨਵਾਂ ਮਾਸਟਰ ਰਣਜੀਤ ਸਿੰਘ ਆਇਆ, ਉਹਨਾਂ ਨੇ ਪਹਿਲੇ ਦਿਨ ਪੈਂਟ ਆ ਕੇ ਗਈ, ਅਗਲੇ ਦਿਨ ਲਾਹ ਕੇ ਰੱਖ ਦਿੱਤੀ। ਉਹਨਾਂ ਨੇ ਕਿਹਾ ਭਾਈ ਇਹ ਨਹੀਂ ਚੱਲਣੀ, ਅੱਛਾ ਜਿੱਦਾਂ ਦੇ ਅਸੀਂ ਹਾਂ ਉੱਦਾਂ ਦਾ ਹੀ ਰਹੋ। ਹਾਂਜੀ ਉਹ ਫਿਰ ਸਾਰੇ ਮਤਲਬ ਕਿ ਇੰਨੀ ਸਾਰੀ ਜ਼ਿੰਦਗੀ 'ਚ ਦਾਸ ਛੋਟੇ ਹੁੰਦਿਆਂ ਤੋਂ ਜੋ ਗੁਰਪੁਰਬ ਮਨਾਉਣੇ, ਹਾਂਜੀ ਸਰਾਲੀ ਪਿੰਡ ਵਿੱਚ ਨਗਦ ਕੀਰਤਨ ਕਰਨ ਜਾਣਾ, ਸਾਰਿਆਂ ਮੁੰਡਿਆਂ ਨੇ ਹਰ ਇੱਕ ਜਮਾਤ ਦੇ ਵੱਖਰੇ ਵੱਖਰੇ ਪੱਗਾਂ ਦੇ ਰੰਗ ਹੋਣੇ, ਹਾਂਜੀ ਲਲਾਰੀ ਪਹਿਲਾਂ ਜਾ ਕੇ ਬਿਠਾ ਦੇਣਾ ਇਹਨਾਂ ਨੇ, ਉਹ ਸਾਰੀਆਂ ਜਮਾਤਾਂ ਉਹ ਲਲਾਰੀ ਨੇ ਪੁੱਛਣਾ ਉਹ ਕਿਹੜੀ ਜਮਾਤ, ਉਹਨਾਂ ਨੇ ਆਖਿਆ ਜੀ ਉਹ ਫਲਾਣਾ, ਉਹੋ ਹੀ ਰੰਗ ਉਹਨਾਂ ਨੇ ਪੱਗਾਂ ਦਾ ਰੰਗ ਲਿਆ। ਉਹ ਸਾਰੇ ਅਸੀਂ ਸ਼ਬਦ ਪੜ੍ਹਦਿਆਂ ਨੇ ਜਾਣਾ ਅਤੇ ਸਾਰੇ ਪਿੰਡ ਦਾ ਸਵੇਰੇ 10 ਵਜੇ ਸ਼ੁਰੂ ਕਰਨਾ, 4-5 ਵਜੇ ਜਾ ਕੇ ਸ਼ਾਮ ਨੂੰ ਜਾ ਕੇ ਵਾਪਸ ਆਉਣਾ। ਇਸ ਤਰ੍ਹਾਂ ਗੁਰਪੁਰਬ ਮਨਾਉਂਦੇ ਸੀ ਅਖੰਡ ਪਾਠ ਸਾਹਿਬ, ਮਤਲਬ ਕਿ ਕਰਦੇ ਮਾਸਟਰਾਂ ਨੇ ਅਖੰਡ ਪਾਠ ਦੇ ਪਾਠੀ ਹੁੰਦੇ ਸੀਗੇ ਅਤੇ ਇਹ ਬੱਚੇ ਅਸੀਂ ਮਾਸਟਰਾਂ ਦੇ ਮੁੰਡੇ ਜਿਹੜੇ ਸੀ ਅਸੀਂ ਸਾਰੇ ਸੇਵਾ ਕਰਨ ਵਾਲੇ ਸੀ, ਗਰਮੀਆਂ 'ਚ ਪੱਖਾ ਝੱਲਣਾ ਜਾਂ ਚੌਰ ਸਾਹਿਬ ਕਰਨਾ ਹੈ ਜੀ। ਅਤੇ ਅਗਲੇ ਜਿਹੜਾ ਜਦੋਂ ਘੰਟੇ 1.5 ਘੰਟੇ ਦੀ ਰੌਲ ਹੁੰਦੀ ਸੀ ਤਾਂ ਫਿਰ ਅਗਲੇ ਪਾਠੀ ਨੂੰ ਜਾ ਕੇ ਤਿਆਰ ਕਰਨਾ, ਅਤੇ ਜਿਹਨਾਂ ਦੋ ਮੁੰਡਿਆਂ ਨੇ ਜਿਹੜਾ ਫਿਰ ਸੇਵਕਾਂ ਨੇ ਉਹਨਾਂ ਨੂੰ ਵੀ ਮਤਲਬ ਕਿ ਤਿਆਰ ਕਰਕੇ ਪਹਿਲਾਂ 15-20 ਮਿੰਟ ਪਹਿਲਾਂ ਜਾਣਾ ਸੀ। ਇਸ ਤਰ੍ਹਾਂ ਅਸੀਂ ਸੇਵਾ ਕਰਦੇ ਹੁੰਦੇ ਸੀ। ਪੰਜਵੀਂ ਜਮਾਤ ਤੱਕ ਮੈਨੂੰ ਖਿਆਲ ਆ ਮੇਰਾ, ਮੈਨੂੰ ਅਰਦਾਸ ਜਵਾਨੀ ਯਾਦ ਸੀ, ਜਪਜੀ ਸਾਹਿਬ ਜਵਾਨੀ ਯਾਦ ਸੀ ਅਤੇ ਆਪਣਾ ਰਹਿ ਰਸਾ ਇਹ ਜਵਾਨੀ ਮੈਨੂੰ ਯਾਦ ਸੀ। ਪੰਜਵੀਂ ਜਮਾਤ ਅਜੇ ਪੰਜਵੀਂ ਜਮਾਤ ਤੋਂ ਪਹਿਲੀ ਪਹਿਲੀ ਗੱਲ ਇੱਕ ਹੋਰ ਤੁਹਾਨੂੰ ਦੱਸਦਾ, ਉਦੋਂ ਦੂਜੀ ਤੀਜੀ ਜਮਾਤ ਦੇ ਹੋਣਾ ਹੁਣ ਮੈਨੂੰ ਯਾਦ ਨਹੀਂ, ਤੇਰਾ ਕੀਤਾ ਚਾਤੋਂ ਨਾ ਹੀ ਅਸੀਂ ਨਾ ਜਦੋਂ ਪੁਰਬ ਆਇਆ ਅਤੇ ਅਸੀਂ ਮਾਰ ਚੀਕਾ ਮਾਰ ਮਾਰ ਕੇ ਤੇਰਾ ਕੀਤਾ ਜਾਤੋਂ ਨਾ ਹੀ ਤੇਰਾ ਕੀ, ਮਗਰ ਮਗਰ ਸੰਗਤ ਬੋਲੇ ਸਾਰਾ ਅਸ ਕਰਕੇ ਸਾਨੂੰ ਇੱਕ ਪੈਨਸਲ ਮੈਨੂੰ ਇਨਾਮ ਮਿਲੀ, ਉਹ ਮੈਂ ਪੈਨਸਲ ਲਿਆ ਕੇ ਮੈਂ ਲੁਕੋ ਕੇ ਰੱਖਦੀ ਕਿਉਂਕਿ ਵੱਡੇ ਭਾਈ ਸਾਹਿਬ ਮੇਰੇ ਤੋਂ 7 ਸਾਲ ਵੱਡੇ ਸੀਗੇ ਅਤੇ ਮੈਂ ਕਿਹਾ ਇੱਕ ਲੈ ਨਾ ਯਾਰ, ਉਹੋ ਹੀ ਗੱਲ ਹੋਈ ਇਹ ਉਹਨੂੰ ਲੋੜ ਸੀ ਅਤੇ ਪਤਾ ਸੀ ਵੀ ਉਹ ਪਈ ਆ ਇਹ ਲੈ ਗਿਆ। ਮੈਂ ਵੇਖਿਆ ਤਾਂ ਮੇਰੀ ਪੈਨਸਲ, ਮੈਂ ਤਾਂ ਰੋਵਾਂ ਮਾਤਾ ਜੀ ਨੂੰ ਆਖਿਆ ਮੇਰੀ ਪੈਨਸਲ ਲੈਣੀ ਮੇਰੀ ਪੈਨਸਲ ਲੈਣੀ, ਮੈਨੂੰ ਇਨਾਮ ਮਿਲਿਆ ਸੀਗਾ। ਇਸ ਤਰ੍ਹਾਂ ਦੇਖੋ ਸਾਡਾ ਇਨਕਰੇਜ ਹੋਇਆ, ਇਨਾਮ ਮਿਲ ਤੋਂ ਇਨਸੈਂਟਿਵ ਮਿਲਿਆ ਨਾ, ਹਾਂਜੀ ਹਾਂਜੀ,
ਅਤੇ ਫਿਰ ਅਸੀਂ ਹੋਰ ਵੀ ਸ਼ਬਦ ਸਿੱਖੇ, ਕਵਿਤਾਵਾਂ ਛੋਟੀਆਂ ਛੋਟੀਆਂ ਸੀਗੀਆਂ। ਬਾਬਾ ਭੁੱਖੇ ਆ ਨਾ ਮਾਰ, ਦਿਲ ਤੰਗ ਹੋ ਗਿਆ, ਉਹ ਮੈਂ ਤੇਰੇ ਨਾਲ ਲੜ ਕੇ ਮਲੰਗ ਹੋ ਗਏ। ਨਾਨਕ ਸਿੰਘ ਨੇ ਕੀਤਾ ਬਣਾ ਬਣਾਈਆਂ ਹੋਈਆਂ ਸੀਗੀਆਂ, ਉਹ ਅਸੀਂ ਉਹਦੇ ਵੀ ਪੜ੍ਹ ਕੇ ਸਾਨੂੰ ਵੱਡੇ ਵੱਡੇ ਨਾਮ ਮਿਲਣੇ ਸ਼ੁਰੂ ਹੋ ਗਏ। ਉਹ ਫਿਰ ਅਸੀਂ ਮੁੜਕ ਮੁੜ ਕੇ ਕਹੀਏ, ਮਾਸਟਰਾਂ ਨੇ ਆਸਾ ਦੀ ਵਾਰ ਲਾਉਣੀ, ਵੱਡੇ ਭਾਈ ਸਾਹਿਬ ਨਾਲ ਬਹਿ ਜਿਹੜੇ ਇਹ ਆਵਾਜ਼ਾਂ ਸਿੱਖੇ ਹੋਏ ਸੀਗੇ, ਠੀਕ ਹੈ ਜੀ, ਅਤੇ ਇਹਨਾਂ ਨੇ ਥੋੜ੍ਹਾ ਥੋੜ੍ਹਾ ਆਵਾਜ਼ਾਂ ਵਜਾਉਣਾ, ਕਿਉਂਕਿ ਮਾਸਟਰ ਕਿਸੇ ਨੂੰ ਵੀ ਨਹੀਂ ਸੀ ਆਵਾਜ਼ਾਂ, ਇੱਕ ਗਿਆਨੀ ਹੁੰਦੇ ਸੀ ਉਹਨਾਂ ਨੂੰ ਆਵਾਜ਼ਾਂ ਵਜਾਉਣਾ ਆਉਂਦਾ ਸੀ। ਅਸੀਂ ਪੌੜੀਆਂ ਪੜ੍ਹਨੀਆਂ ਮਗਰ ਜੀ, ਹੁਣ ਮੈਂ ਕਦੇ ਖਿਆਲ ਕਰਦਾ ਵੀ ਉਦੋਂ ਪੌੜੀਆਂ ਪੜ੍ਹਦੇ ਹੁੰਦੇ ਸੀ, ਹੁਣ 92 ਸਾਲ ਹੋ ਗਏ ਬੈਠਿਆ ਤਾਂ ਜਾਂਦਾ ਨਹੀਂ, ਹੁਣ ਵੀ ਪੌੜੀਆਂ ਹੀ ਪੜ੍ਹੀ ਜਾਂਦਾ ਹੈ ਜੀ। ਉਹ ਕਹਿੰਦੇ ਨੇ ਬੱਚੇ ਅਤੇ ਬੁੱਢੇ ਇੱਕੋ ਜਿਹੇ ਹੀ ਹੁੰਦੇ ਆ, ਉਹੀ ਗੱਲ ਹੋਈ ਮਹਾਰਾਜ ਜੀ ਹੁਣ ਹੁਣ ਸੋ ਇਹ ਹੈ ਵੀ ਦੇਖੋ ਸਾਡੇ ਉਦੋਂ ਗੁਰਦੁਆਰੇ ਵਿੱਚ ਉਦੋਂ ਇਹ ਸਾਡੀਆਂ ਬਿਲਡ ਉੱਥੇ ਬੋਰਡਿੰਗ ਹਾਊਸ ਸੀਗਾ, ਲੰਗਰ ਵੀ ਸੀਗਾ ਅਤੇ ਬੱਚੇ ਤਾਂ ਰਿਹਾਇਸ਼ੀ ਹੁੰਦੇ ਸੀ। ਤਿੰਨ ਧੌਂਸੇ ਵੱਜਣੇ ਗੁਰਦੁਆਰੇ 'ਚ, ਸਕੂਲ ਦੇ ਗੁਰਦੁਆਰੇ 'ਚ। ਪਹਿਲਾਂ ਧੌਂਸਾ ਡਬ ਡਮ ਡਮ ਡਮ, ਉਹ ਧੌਂਸਾ ਉਹਨੂੰ ਕਹੀ ਜਾਂਦੇ ਆਪਾਂ, ਨਗਾਰੇ ਨੂੰ, ਉਹਨੂੰ ਅਸੀਂ ਧੌਂਸਾ ਹੀ ਕਹਿੰਦੇ ਹੁੰਦੇ ਸਾਂ, ਅਤੇ ਨਗਾਰੇ ਦਾ ਤਾਂ ਬਾਅਦ ਸਾਨੂੰ ਪਤਾ ਲੱਗਾ ਵੀ ਇਹਨੂੰ ਨਗਾਰਾ ਵੀ ਕਹਿੰਦੇ ਆ। ਅਤੇ ਪਹਿਲੇ ਧੌਂਸੇ ਨਾਲ ਸਾਰਿਆਂ ਨੇ ਜਾਗ ਪੈਣਾ, ਫਿਰ ਉਹਦੇ ਮਗਰੋਂ 15-20 ਮਿੰਟਾਂ ਮਗਰੋਂ ਸਾਰੇ ਜਾਣੇ ਮਤਲਬ ਕਿ ਜੰਗਲ ਪਾਣੀ ਜਾ ਕੇ ਨਹਾ ਕੇ ਤਿਆਰ ਹੋ ਜਾਵੇ, ਦੂਸਰਾ ਘੰਟਾ ਫਿਰ ਜਾ ਕੇ ਆਪਣੀਆਂ ਤੁਸੀਂ ਨਹਾਉਣ ਤੋਂ ਬਾਅਦ ਬੋਰਡਿੰਗ ਵਿੱਚ ਜਾਣਾ, ਅਸੀਂ ਜਾ ਕੇ ਆਪਣੇ ਕੱਪੜੇ ਕੁਪੜੇ ਪਾ ਕੇ, ਤੀਸਰੇ ਧੌਂਸੇ ਵੇਲੇ ਸਾਰਿਆਂ ਦੀ ਹਾਜ਼ਰੀ ਲੱਗਦੀ ਹੁੰਦੀ ਸੀ, ਠੀਕ ਹੈ ਜੀ, ਗੁਰਦੁਆਰੇ। ਅਤੇ ਉਦੋਂ ਅਸੀਂ 9ਵੀਂ 10ਵੀਂ ਜਮਾਤ ਦੇ ਮੁੰਡੇ ਜਿਹੜੇ ਸੀ ਉਹ ਜਾਪ ਸਾਹਿਬ ਦਾ ਪਾਠ ਕਰਦੇ ਹੁੰਦੇ ਸੀ, ਜਿਹੜੇ 8ਵੀਂ ਅਤੇ ਦੂਸਰੀ ਜਿਹੜੇ ਉਹਨਾਂ ਨੇ ਆਨੰਦ ਸਾਹਿਬ ਦਾ ਪਾਠ ਕਰਨਾ, ਅਤੇ ਜਿਹੜੇ 5ਵੀਂ 6ਵੀਂ ਅਤੇ ਦੂਸਰੇ ਥੱਲੇ ਵਾਲੇ ਸੀ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕਰਨਾ, ਮਹਾਰਾਜ ਦੇ ਸਾਹਮਣੇ ਬਹਿ ਕੇ ਉਹਨਾਂ ਨੇ ਪਾਠ ਕਰਨਾ, ਬਾਕੀ ਸਾਰੇ ਸੁਣਦੇ ਹੁੰਦੇ ਸੀ ਜਾਂ ਗੁਟਕਿਆਂ ਦੇ ਨਾਲ 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 ਕਰਦੇ ਹੁੰਦੇ ਸੀ। ਇਸ ਤਰੀਕੇ ਨਾਲ ਅਸੀਂ ਬਾਣੀ ਹੌਲੀ ਹੌਲੀ ਸਾਨੂੰ ਕੰਠ ਹੋਈ ਸਾਰੀ, ਅਤੇ ਪੌੜੀਆਂ ਪੜ੍ਹਦਿਆਂ ਪੜ੍ਹਦਿਆਂ ਸਾਨੂੰ ਕੀਰਤਨ ਕਰਨ ਦੀ ਜਾਚ ਆ ਗਈ ਹੌਲੀ ਹੌਲੀ, ਹੈ ਜੀ, ਅਤੇ ਗੁਰਪੁਰਬ ਦੇ ਸ਼ਬਦ ਪੜ੍ਹਨੇ ਅਤੇ ਦੂਸਰੇ ਕਰਨੇ। ਫਿਰ ਜਦੋਂ ਵਾਹਵਾ ਹੋ ਗਏ, 10ਵੀਂ ਜਮਾਤ ਉੱਥੋਂ ਅਸੀਂ ਪਾਸ ਕੀਤੀ, ਹਾਂਜੀ, ਅਤੇ ਫਿਰ ਖਾਲਸਾ ਕਾਲਜ ਚਲੇ ਗਏ। ਪਰ 10ਵੀਂ ਜਮਾਤ ਦਾ ਇਮਤਿਹਾਨ ਦੇਣ ਤੋਂ ਰਿਜ਼ਲਟ ਨਿਕਲਤਾ 2-3 ਮਹੀਨੇ ਉਹਦੇ ਵਿੱਚ। ਅੱਛਾ ਜੀ, ਹਾਂਜੀ, ਉਦੋਂ ਮੈਨੂੰ ਕਹਿੰਦੇ ਵੀ ਚੱਲ ਤੂੰ ਤਰਨ ਤਰਨ ਜਾ ਕੇ ਨਾ ਕਿਸੇ ਰਾਗੀ ਕੋਲੋਂ ਕੀਰਤਨ ਸਿੱਖ ਲੈ। ਮੈਂ ਕਿਹਾ ਚੰਗਾ ਜੀ, ਮੇਰਾ ਜੀ ਵੀ ਕਰਦਾ ਸੀ, ਮੈਂ ਤਰਨ ਤਰਨ ਜਾਣਾ ਅਤੇ ਇੱਕ ਸੂਰਮਾ ਸਿੰਘ ਰਾਗੀ ਹੁੰਦਾ ਸੀ, ਉਹ ਸਟੇਸ਼ਨ 'ਤੇ ਜਿੱਥੇ ਤਰਨ ਤਰਨ ਵਾਲੀ ਲਾਈਨ ਗਾਂਹ ਜਾ ਕੇ ਇੱਕ ਵਿਦਿਆਲਾ ਹੁੰਦਾ ਸੀ ਉੱਥੇ ਮੈਂ, ਉਹਨੇ ਮੈਨੂੰ ਇੱਕ ਦਿਨ ਸ਼ਬਦ ਸਿਖਾਇਆ ਅਤੇ ਮੈਂ ਸਿੱਖ ਲਿਆ। ਦੂਸਰਾ ਜਦੋਂ ਸ਼ਬਦ ਸਿਖਾਇਆ ਅਤੇ ਉਹ ਮੈਨੂੰ ਆਵੇ ਨਾ, ਉਹਨੇ ਮੇਰੇ 'ਚ ਸ਼ਾਹ ਕਾਢੀ ਮਾਰੀ, ਸਹਿ ਸੂਰਮਾ ਸੀ ਮੇਰੇ, ਮੈਂ ਅਗਲੇ ਦਿਨ ਗਿਆ ਹੀ ਨਹੀਂ ਉੱਥੇ। ਫਿਰ ਮੈਂ ਆਪੇ ਹੀ ਸੁਣ ਸੁਣ ਕੇ, ਕਿਉਂਕਿ ਪਿਤਾ ਜੀ ਤਰਨ ਤਰਨ ਸਾਹਿਬ ਜਾਂਦੇ ਸੀ, ਇੱਕ ਸੰਪੂਰਨ ਸਿੰਘ ਸੂਰਮਾ ਸਿੰਘ ਰਾਜੀ ਹੁੰਦੇ ਸੀ, ਜਦੋਂ ਅੰਮ੍ਰਿਤਸਰ ਸਾਹਿਬ ਜਾਣਾ ਅਤੇ ਸੰਤਾ ਸਿੰਘ, ਭਾਈ ਚਾਂਦ, ਇਹ ਸਾਰੇ ਇਹ ਰਾਗੀ ਹੁੰਦੇ ਸੀਗੇ। ਅਸੀਂ ਜਦੋਂ ਅੰਮ੍ਰਿਤਸਰ ਸਾਹਿਬ ਜਾਣਾ ਮੋਹਰੇ ਹੋ ਕੇ ਬੈਠਣਾ ਦਰਬਾਰ ਸਾਹਿਬ ਅਸੀਂ, ਅਤੇ ਉਹਨਾਂ ਦਾ ਦੁੱਖ ਛੱਡਣਾ, ਅਸੀਂ ਘਰ ਆ ਕੇ ਫਿਰ ਰੀਛਾਂ ਲਾਉਣੀਆਂ ਉਹਨਾਂ ਦੀ, ਠੀਕ ਹੈ ਜੀ, ਅਤੇ ਉਹ ਫਿਰ ਉਹ ਜੋੜੀ ਐਂ ਵਜਾਉਂਦਾ ਸੀ, ਉਹ ਜੋ ਕਦੇ ਐਂ ਮਾਰਨਾ ਕਦੇ ਜੋੜੀ ਵੀ ਵਜਾਉਣੀ ਆ ਗਈ, ਅਤੇ ਹੌਲੀ ਹੌਲੀ ਆਵਾਜ਼ਾਂ ਵੀ ਵਜਾਉਣਾ ਆ ਗਿਆ ਸਾਨੂੰ, ਹਾਂਜੀ, ਅਤੇ ਫਿਰ ਅਸੀਂ ਮਤਲਬ ਕਿ ਜਿੱਥੇ ਜਦੋਂ ਫਿਰ ਸਾਨੂੰ ਹੌਲੀ ਹੌਲੀ ਵਾਰੀ ਜਿਹੜੀ ਸੀ ਉਹ ਉਹਦੇ, ਫਿਰ ਅਸੀਂ ਹੌਲੀ ਹੌਲੀ ਜਦੋਂ ਕਾਲਜ ਵਿੱਚ ਗਏ ਹਾਂ, ਉੱਥੇ ਕੋਈ ਢਿਲਤ ਆਈ, ਇਹ ਆਈ ਅਤੇ ਅੱਗੇ ਤਾਂ ਕਸ਼ਹਿਰਾ ਪਾਉਂਦੇ ਸਨ, ਦੂਸਰਾ ਉੱਥੇ ਦੂਜਾ ਪਾ ਲਿਆ ਜਿਹੜਾ ਉਹ ਖੁੱਲ੍ਹਾ ਜਿਹਾ ਹੁੰਦਾ, ਹਾਂਜੀ, ਅਤੇ ਬਾਕੀ ਨਿਤਨੇਮ ਉਸੇ ਤਰ੍ਹਾਂ ਹੀ ਗਿਆ ਜੀ। 4-5 ਸਾਲ ਜਿੰਨਾ ਚਿਰ ਰਹੇ ਅਸੀਂ, ਪਾਕਿਸਤਾਨ ਜਦੋਂ ਬਣਿਆ ਅਤੇ ਉਦੋਂ ਅਸੀਂ ਖਾਲਸਾ ਕਾਲਜ ਅੰਮ੍ਰਿਤਸਰ ਸੀਗੇ, ਠੀਕ ਹੈ ਜੀ, ਅਤੇ ਇਹ ਫਿਰ ਮਤਲਬ ਕਿ ਜਦੋਂ ਫਿਰ ਦੁਬਾਰਾ ਅਸੀਂ ਸੰਤ ਬਾਬਾ ਤੇਜਾ ਸਿੰਘ ਨਾਲ ਸਾਡਾ ਜਦੋਂ ਹੋਇਆ, ਜਦੋਂ ਅਸੀਂ BSc ਐਗਰੀਕਲਚਰ ਕਰ ਲਈ ਜੀ, ਅਤੇ ਨੌਕਰੀ ਵਿੱਚ ਚਲੇ ਗਏ, ਨੌਕਰੀ ਵਿੱਚ ਚਲੇ ਗਏ ਅਤੇ ਪਹਿਲਾਂ ਤਾਂ ਜਲੰਧਰ ਹੈ ਕੁਛ ਚਿਰ, ਫਿਰ ਜਗਰਾਉਂ ਚਲੇ ਗਏ,
ਉੱਥੇ ਰਿਟਰੈਂਚਮੈਂਟ ਸ਼ਾਦੀ ਹੋ ਗਈ, ਫਿਰ ਘਰ ਨੂੰ ਆ ਗਏ। ਮਹੀਨੇ ਡੇਢ ਮਹੀਨੇ ਮਗਰੋਂ ਫਿਰ ਚਿੱਠੀ ਆਈ, ਉਹਨਾਂ ਅਪਾਰਟਮੈਂਟ ਸਾਡੀ ਹਿਸਾਰ ਹਾਂਸੀ ਡਿਸ ਉੱਥੇ ਉੱਥੇ ਕਰ ਦਿੱਤੀ, ਕੋਟਨ ਐਕਸਟੈਂਸ਼ਨ ਸਕੀਮ ਸੀਗੀ, ਅਸੀਂ ਉੱਥੇ ਚਲੇ ਗਏ। ਉੱਥੇ ਚਲੇ ਗਏ 2-3 ਸਾਲ, ਸੰਨ 50 ਤੋਂ ਅਸੀਂ ਉੱਥੇ ਚਲੇ ਗਏ। ਅਤੇ ਇਹ 52-53 ਵਿੱਚ ਇਕਬਾਲ ਸੋਰੀ ਵੀ ਉੱਥੇ ਆ ਗਏ। ਇਕਬਾਲ ਸਿੰਘ ਜਿਹੜੇ ਹੁਣ ਬਾਬਾ ਜੀ, ਬਾਬਾ ਇਕਬਾਲ ਸਿੰਘ, ਠੀਕ ਹੈ ਜੀ। ਇਹਨਾਂ ਦੇ ਆਉਣ ਦੀ ਇਹ ਹੈ, ਅਸੀਂ ਉੱਥੇ ਸਾਰੇ ਜੈਨੀਆਂ ਦਾ ਪਿੰਡ ਜ਼ਿਆਦਾ ਸੀਗਾ, ਮਤਲਬ ਹੈ ਜੀ, ਠੀਕ ਹੈ ਜੀ, ਹਾਂ ਠੀਕ ਹੈ ਜੀ। ਅਤੇ ਉਹ ਸਿੱਖਾਂ ਨੂੰ ਮਕਾਨ ਨਹੀਂ ਸੀ ਦਿੰਦੇ ਵੀ ਇਹ ਤਾਂ ਖਾਣ ਪੀਣ ਵਾਲੇ ਆ, ਛੜਾ ਮਰ ਦਿੰਦੇ ਜੀ, ਉਹ ਸਾਡੀ ਇਹ ਵੈਲਿਊ ਬਣੀ ਹੋਈ ਸੀ ਉੱਥੇ। ਉਹਨਾਂ ਸਮਿਆਂ 'ਚ ਵੀ ਇਹ ਵੈਲਿਊ ਸੀਗੀ ਸਿੱਖਾਂ ਦੀ ਨਾ? ਉਹ ਹਾਂ, 50-50 ਦੀ ਗੱਲ ਦੀ ਆ ਨਾ ਜੀ। ਅਤੇ ਉਹ ਸਾਰੇ ਸਾਨੂੰ ਮਕਾਨ ਨਹੀਂ ਸੀ ਦਿੰਦੇ ਜੀ। ਜਦੋਂ ਅਸੀਂ ਜਾ ਕੇ ਉੱਥੇ ਡੱਡਲ ਮੱਲਾ ਉਹਨੂੰ ਕਹਿੰਦੇ ਸੀ ਉੱਥੇ, ਕਿਉਂਕਿ ਹਾਂਸੀ ਫਾਰਮ ਜਿਹੜੀ ਉਹ 3 ਮੀਲ ਬਾਹਰ ਸੀਗੀ। ਅਤੇ ਅਸੀਂ ਜਦੋਂ ਜਾ ਕੇ ਉੱਥੇ ਰਹੇ ਅਤੇ ਉਹਨਾਂ ਨੇ ਕਿਹਾ ਇਹ ਤਾਂ ਬੜੇ ਚੰਗੇ ਆ ਬੰਦੇ, ਨਾ ਸ਼ਰਾਬ ਪੀਂਦੇ ਆ ਨਾ ਦੂਸਰੇ। ਲਾਗੇ ਹੀ ਗੁਰਦੁਆਰਾ ਸੀ, ਅਸੀਂ ਗੁਰਦੁਆਰੇ ਜਾ ਕੇ ਕੀਰਤਨ ਕਰਨਾ ਸਾਰਾ ਕਰਨਾ ਉੱਥੇ ਜੀ। ਉਹ ਸਾਡੀ ਵੈਲਿਊ ਬਣ ਗਈ ਉੱਥੇ ਹਾਂਜੀ। ਅਤੇ ਫਿਰ ਸਾਡੀ ਕਿਉਂਕਿ ਕੋਟਨ ਵੀ ਸਾਡਾ ਸੀ ਅਤੇ ਸਾਡੀ ਫੈਕਟਰੀਆਂ ਵਿੱਚ ਡਿਊਟੀ ਲੱਗ ਗਈ ਅਤੇ ਜਿਹੜੀਆਂ ਨਵੀਆਂ ਵਰਾਇਟੀਆਂ ਕੱਢਦੇ ਹਾਂ ਉਹਨਾਂ ਦਾ ਰੂੰ ਜਿਹੜਾ ਹੈਗਾ ਉਹ ਬੇਲਸ ਜਿਹੜੀਆਂ ਬਣਨੀਆਂ ਉਹ ਸਰਟੀਫਾਈ ਕਰਨੀਆਂ ਨੇ, ਠੀਕ ਹੈ ਜੀ। ਅਤੇ ਉਹ ਕਿਉਂਕਿ ਜਿਹੜੀ ਨਵੀਂ ਵਰਾਇਟੀ ਨਿਕਲਦੀ ਉਹ 1-2 ਪਿੰਡਾਂ ਵਿੱਚ ਦੇ ਦੀ ਰਹੀ ਸੀ ਅਤੇ ਉੱਥੇ 1-2 ਵਾਰੀ ਰੋਗਿੰਗ ਕਰਨੀ ਵਿੱਚੋਂ ਦੇਸੀ ਦੇ ਬੂਟੇ ਜੇ ਕੋਈ, ਹੁਣ ਤਾਂ ਕੱਢਦੇ ਨੇ ਬਲ ਤਾਂ ਬਹੁਤ ਘੱਟ ਹੁੰਦੇ ਸੀਗੇ। ਉਹ ਫਿਰ ਉਹਨਾਂ ਦੀਆਂ ਵੱਖਰੀਆਂ ਬੇਲਸ ਬਣ ਜਾਂਦੀਆਂ ਸੀ ਅਤੇ ਉਹਦਾ ਉਹਨਾਂ ਨੂੰ ਮੁੱਲ ਬਹੁਤ ਜ਼ਿਆਦਾ ਮਤਲਬ ਮਿਲਦਾ ਸੀਗਾ ਜੀ। ਉਹ ਸਰਟੀਫਿਕੇਸ਼ਨ ਜਦੋਂ ਅਸੀਂ ਕਰਨੀ ਸਾਰੀ ਉਹਦੇ ਵਿੱਚ ਅਤੇ ਉਹ ਸਾਡਾ ਫੈਕਟਰੀਆਂ ਵਾਲਿਆਂ ਨਾਲ ਮਤਲਬ ਕਿ ਮੇਲ ਹੋ ਗਿਆ ਜੀ। ਅਤੇ ਫਿਰ ਅਸੀਂ ਸਾਲ 'ਚ ਕਈ ਵਾਰੀ ਗੁਰਾਈ ਕਰਦੇ ਹੁੰਦੇ ਸਾਂ, ਫੈਕਟਰੀਆਂ ਵਾਲਿਆਂ ਨੇ ਬੜੇ ਪੈਸੇ ਦੇਣੇ ਹਾਂਜੀ, ਅਤੇ ਉਹ ਸਾਰੇ ਸਾਲ ਦੀ ਭਾਈ ਦੀ ਤਨਖਾਹ ਜਿਹੜੀ ਉੱਥੋਂ ਨਿਕਲ, ਠੀਕ ਹੈ ਜੀ। ਇੱਕ ਉੱਥੇ ਦੀ ਹੋਰ ਗੱਲ ਤੁਹਾਨੂੰ ਦੱਸਣ ਵਾਲੀ ਜੀ, ਇਹ ਹਾਂਸੀ ਜਦੋਂ ਇਕਬਾਲ ਸੋਰੀ ਪਹਿਲੀ ਵਾਰੀ ਆਏ ਨਾ ਹਾਂਜੀ, ਇਹ ਸਟੇਸ਼ਨ 'ਤੇ ਉਤਰੇ, ਉੱਥੋਂ ਇੱਕ ਰਿਕਸ਼ਾ ਜਿਹੜਾ ਸਟੇਸ਼ਨ ਸੀ ਉਹ ਤਕਰੀਬਨ 1.5 ਮੀਲ ਕੇ ਜਿਹੜਾ ਹਾਂਸੀ ਸ਼ਹਿਰ ਤੋਂ ਬਾਹਰ ਸੀਗਾ ਜੀ, ਇਹਨਾਂ ਨੇ ਰਿਕਸ਼ਾ ਲਿਆ ਅਤੇ ਉਹਨੂੰ ਪੁੱਛਣ ਲੱਗੇ ਰਿਕਸ਼ਾ ਨੂੰ ਵੀ ਉੱਥੇ ਕੋਈ ਗੁਰਦੁਆਰਾ ਹੈਗਾ? ਉਹ ਕਹਿੰਦਾ ਹਾਂ ਜੀ ਹੈਗਾ, ਪਰ ਉਹ ਰਾਚੀ ਦੇ ਪਰਦੇ ਬੰਨੇ ਆ। ਉਹ ਕਹਿੰਦਾ ਮੈਨੂੰ ਉੱਥੇ ਲੈ ਜਾ। ਉਹ ਟੈਚੀ ਕੇ ਸੀ ਉਹਨਾਂ ਦੇ ਕੋਲ ਅਤੇ ਰਿਕਸ਼ੇ 'ਤੇ ਉੱਥੇ ਬਾਹਰ ਆ ਗਏ ਜੀ। ਅਤੇ ਸਵੇਰੇ ਤੜਕੇ ਗੱਡੀ ਆਉਂਦੀ ਸੀਗੀ, ਉਹ ਤੋਂ ਉਤਰ ਕੇ ਜਦੋਂ ਆਏ ਅਸੀਂ ਉੱਥੋਂ ਗੁਰਦੁਆਰੇ ਤੋਂ ਮਤਲਬ ਕਿ ਅਸੀਂ ਬਾਹਰ ਨਿਕਲੇ ਜੀ, ਅਸੀਂ ਵੇਖਿਆ ਵੀ ਚਿੱਟੀ ਪੱਗ ਬੱਧੀ ਆ ਅਤੇ ਚੂੜੀਦਾਰ ਪਜਾਮਾ ਪਾਇਆ, ਬਕਮੀ ਚੁੱਕਾ ਸਾਰਾ ਟੈਚੀ ਕੇ ਕੋਲ ਬਾਹਰ ਸਿੱਖ ਸੇ ਪੱਛਮ ਖੜੋਤਾ ਹੈਗਾ। ਅੱਛਾ, ਸਾਡੀ ਫਤਿਹ ਬੋਲ ਗਈ, ਫਤਿਹ ਬੋਲ ਗਈ ਅਤੇ ਅਸੀਂ ਉਹ ਕਹਿਣ ਲੱਗੇ ਵੀ ਉਹ ਵੇਖਦੇ ਹਾਂ ਸਾਰੀ ਇੱਕ ਦੂਸਰੇ ਨਾਲ ਸਾਨੂੰ ਨਾ ਦਾੜਾ ਖੁੱਲ੍ਹਾ ਸੀ ਸਾਡੇ ਵੀ ਸਾਰੇ, ਅਸੀਂ ਆਖਿਆ ਵੀ ਬੜੇ ਮਿੱਠੇ ਕੋਈ ਆ ਗਿਆ। ਉਹ ਕਹਿਣ ਲੱਗੇ ਜੀ ਇੱਥੇ ਗੁਰਦੁਆਰੇ ਰਿਹਾਇਸ਼ ਹੈਗੀ ਆ, ਮੈਂ ਤੁਸੀਂ ਗੁਰਦੁਆਰੇ ਕਰੋ ਰਹਿਣਾ, ਸਾਡੇ ਘਰ ਰਹੋ, ਸਾਡੇ ਉੱਥੇ ਨਾਲ ਲੱਗਦੇ ਮਕਾਨ ਸੀ ਜੀ। ਅਤੇ 3-4 ਦਿਨ ਤਾਂ ਸਾਰੇ ਕੋਲ ਰਿਹਾ ਸੀ, ਫਿਰ ਉਹਨਾਂ ਨੂੰ ਇੱਕ ਮਕਾਨ ਲੱਭ ਕੇ ਦਿੱਤਾ ਜੀ ਉੱਥੇ ਮੱਲੇ 'ਚ। ਉਹ ਮਕਾਨ ਇਹੋ ਜਿਹਾ ਸੀਗਾ ਜਿਹਦੇ 'ਚ ਭੂਤ ਪ੍ਰੇਤ ਉਹ ਕਹਿ ਦਿੰਦੇ ਨਹੀਂ ਸੀ ਅਤੇ ਨਾ ਉੱਥੇ ਕੋਈ ਰਹਿੰਦਾ ਸੀ। ਅਸੀਂ ਆਖਿਆ ਕੋਈ ਗੱਲ ਨਹੀਂ, ਚਲੋ ਤੁਸੀਂ ਸਿੰਘ ਉੱਥੇ ਚਲੇ ਜਾਂਦੇ ਹੋ। ਅਸੀਂ ਅਰਦਾਸਾ ਕੀਤਾ, ਉਹਨਾਂ ਨੂੰ ਉੱਥੇ ਉਹਨਾਂ ਦਾ ਡੇਰਾ ਕਰਾਤਾ। ਹੁਣ ਜਦੋਂ ਸਾਡੀਆਂ ਸਿੰਗਣੀਆਂ ਜਾਣ ਨਾ ਪਿੱਛੇ ਮਤਲਬ ਕਿ ਪੰਜਾਬ ਹਾਂਜੀ, ਅਤੇ ਅਸੀਂ ਸਾਰੇ ਫਿਰ ਇਕੱਲੇ ਰਹਿ ਗਏ ਅਤੇ ਉਹ ਵੀ ਇਕੱਲੇ ਸੀਗੇ ਜਾਂ ਅਨਮੈਰਿਡ ਸੀਗੇ ਹਾਂਜੀ ਹਾਂਜੀ, ਅਤੇ ਅਸੀਂ 3 ਜਣੇ ਰਲ ਜਾਣਾ, ਉਹਦਾ ਨਾਂ ਸੀ ਭੀੜੀ ਜੂ ਰੱਖਤਾ। ਅੱਛਾ ਜੀ, ਹੈ ਜੀ। ਹਾਂ, ਅਤੇ ਉਹਨਾਂ ਕੋਲ ਕਿਉਂਕਿ ਇਹ ਜਦੋਂ ਉੱਥੇ ਚਲੇ ਗਏ ਅਤੇ ਮਹੀਨੇ ਕੁ ਬਾਅਦ ਇਹਨਾਂ ਨੇ ਪਿੰਡੋਂ ਇੱਕ ਨੌਕਰ ਮੰਗਾ ਲਿਆ ਜੀ। ਇਹਨਾਂ ਦਾ ਪਿਤਾ ਜੀ ਜਿਹੜੇ ਉਹਨਾਂ ਦਾ ਨਾਂ ਸਾਵਨ ਸਿੰਘ ਸੀ ਜੀ, ਅਤੇ ਉਹ ਸੀਗੇ ਜਗੀਰਦਾਰ ਅਤੇ ਘਰੋਂ ਚੰਗੇ ਸੀਗੇ ਹਾਂਜੀ। ਉਹਨਾਂ ਨੇ ਇੱਕ ਚੀਰਾਂ ਦਾ ਮੁੰਡਾ ਇਹਨਾਂ ਕੋਲ ਭੇਜ ਦਿੱਤਾ, ਉਹ ਇਹਨਾਂ ਦਾ ਜਲ ਪਾਣੀ ਤਿਆਰ ਕਰ ਦਿੰਦਾ ਅਤੇ ਉਹਨੇ ਕਰਨਾ ਮਤਲਬ ਕਿ ਜੀ ਕਹਿਣਾ
ਇਹਨਾਂ ਨੇ ਕਹਿਣਾ ਇੰਨੀਆਂ ਚੀਜ਼ਾਂ ਨਹੀਂ ਬਣਾਉਣੀਆਂ, ਇੱਕ ਬਣਾਉਣੀ, ਖੀਰ ਬਣਾ ਵੇ, ਖੀਰ ਬਣਾ ਲਈ ਅਤੇ ਦੁੱਧ ਉੱਥੇ ਆਮ ਮਿਲ ਜਾਂਦਾ ਸੀ ਕਿਉਂਕਿ ਉੱਥੋਂ ਮੱਝਾਂ ਜਾਂਦੀਆਂ ਸੀ ਬੰਬਈ ਨੂੰ, ਠੀਕ ਹੈ ਜੀ, ਅਤੇ ਉਹ ਉਹਨਾਂ ਦਾ ਦੁੱਧ ਚੋ ਕੇ ਉਹ ਸਾਰਾ ਸਸਤਾ ਮਿਲ ਜਾਂਦਾ ਸੀ, ਬਾਲਟੀਆਂ ਭਰ ਭਰ ਕੇ ਲਿਆਉਣੀਆਂ ਅੰਦਰ ਖੋਆ ਬਣਾ ਲੈ ਅਤੇ ਉਹ ਖੀਰ ਬਣਾਉਣੀ, ਖੀਰ ਅੱਜ ਬਈ ਪ੍ਰਸ਼ਾਦ ਬਣਾਓ, ਉਹ ਕੜਾ ਪ੍ਰਸ਼ਾਦ ਦੀ ਡੇਟ ਤਿਆਰ ਹੋ ਜਾਣੀ, ਉਹ ਹੋ ਹੀ ਸਕਣਾ, ਅਤੇ ਜੇ ਕੋਈ ਦਾਲ ਚੰਗੀ ਹੋਈ ਤਾਂ ਫਿਰ ਉਹਨਾਂ ਨੇ ਇੱਕ ਅੱਧਾ ਪ੍ਰਸ਼ਾਦਾ ਉਹਨਾਂ ਨੇ ਛਕ ਲੈਣਾ ਜੀ, ਅਤੇ ਜਦੋਂ ਅਸੀਂ ਇਕੱਠੇ ਹੋਣਾ ਅਤੇ ਉੱਥੇ ਫਿਰ ਰੰਗ ਇਹ ਬਣਿਆ, ਗੁਰਦੁਆਰੇ ਸਾਰੇ ਜਾਂਦੇ ਸੀਗੇ ਜੀ ਨਿਤਨੇਮ ਦੇ ਹਿਸਾਬ ਨਾਲ, ਉੱਥੋਂ ਗੁਰਦੁਆਰੇ ਦਾ ਸਾਡਾ ਭਾਈ ਭੱਜ ਗਿਆ, ਉਹ ਕੀਰਤਨ ਵੀ ਆਪਣਾ ਵਾਜਾ ਵੀ ਲੈ ਗਿਆ, ਦੂਸਰਾ ਵੀ ਹਾਂਜੀ, ਅਸੀਂ ਆਖਿਆ ਪਤਾ ਨਹੀਂ ਕੀ ਕੋਲ ਰਾਤੋਂ ਰਾਤ ਜਾਂ ਅਗਲੇ ਦਿਨ ਜਾਈਏ, ਹਾਂਜੀ ਉੱਥੇ ਕੁਛ ਵੀ ਨਹੀਂ, ਨਾ ਮਹਾਰਾਜ ਦਾ ਪ੍ਰਕਾਸ਼, ਨਾ ਜਿੱਥੇ ਉਹਦਾ ਕਮਰਾ ਰਹਿੰਦਾ ਸੀਗਾ ਨਾ ਉੱਥੇ ਕੁਛ ਵੀ ਨਾ, ਅਸੀਂ ਗਏ ਅਤੇ ਹੈਰਾਨ ਹੋ ਗਏ, ਤਿੰਨੇ ਜਣੇ ਇਕੱਠੇ ਗਏ ਸੀ, ਤਿੰਨ ਜਣੇ ਇਕੱਠੇ, ਮਹਿੰਦਰ ਸਿੰਘ, ਇਕਬਾਲ ਸਿੰਘ ਅਤੇ ਦਾਸ, ਹਾਂਜੀ ਅਸੀਂ ਉੱਥੇ ਗਏ ਤੇ ਮੈਂ ਅਸੀਂ ਆਖਿਆ ਵੀ ਬਹੁਤ ਮਾੜੀ ਗੱਲ ਹੋਈ, ਮਾੜੀ ਗੱਲ ਇਹ ਕਹਿੰਦੇ ਨਹੀਂ ਚੰਗੀ ਗੱਲ ਹੋਈ, ਇਕਬਾਲ ਸਿੰਘ ਕਹਿੰਦੇ ਚੰਗੀ ਗੱਲ ਹੋਈ, ਮੈਂ ਚੰਗੀ ਗੱਲ ਹੀ ਹੋਈ, ਵਾਜਾ ਵੀ ਲਿਆ ਗਿਆ, ਦੂਸਰਾ ਵੀ ਹੋ ਗਿਆ, ਦੱਸਿਆ ਨਹੀਂ ਉਹਨੇ ਸਾਨੂੰ ਕਿ ਅਸੀਂ ਤਾਂ ਬਾਬਾ ਕੀ ਕਹਿੰਦੇ ਹਾਂ ਤਾਂ ਸਾਡਾ ਪਾਰਾ ਚੜਿਆ ਹੋਇਆ, ਅਤੇ ਇਹ ਆਖੀ ਜਾਣ ਨਹੀਂ ਨਹੀਂ ਇਹ ਚੰਗਾ ਹੋਇਆ, ਮੈਂ ਚੰਗਾ ਕੀ ਹੋਇਆ, ਭਾਈ ਹੁਣ ਆਪਾਂ ਸੇਵਾ ਕਰਾਂ, ਠੀਕ ਹੈ ਜੀ, ਇੱਕ ਵਾਰ ਸਰ ਅਸੀਂ ਠੰਡੇ ਹੋ ਗਏ ਕਿਉਂਕਿ ਕੀਰਤਨ 'ਤੇ ਅਸੀਂ ਕਰ ਹੀ ਲੈਂਦੇ ਹੁੰਦੇ ਸਨ, ਅਤੇ ਇਹ ਮਤਲਬ ਕਿ ਸਾਡਾ ਉਹ ਸੇਵਾ ਸਾਡੀ ਉੱਥੇ ਸ਼ੁਰੂ, ਅਸੀਂ 3 ਵਜੇ ਉੱਠਣਾ ਹਾਂਜੀ, ਅਤੇ ਬਾਹਰ ਖੂਹੀ ਸੀ ਉੱਥੇ ਜਾ ਕੇ ਇਸ਼ਨਾਨ ਕਰਕੇ ਆਉਣਾ ਕਿਉਂਕਿ ਅੰਦਰ ਪਾਣੀ ਜਿਹੜਾ ਉਹ ਖਾਰਾ ਸੀਗਾ ਸ਼ਹਿਰ ਦੇ ਅੰਦਰ, ਠੀਕ ਹੈ ਜੀ, ਬਾਹਰ ਇੱਕ ਨਹਿਰ ਲੰਘਦੀ ਸੀ ਅਤੇ ਨਹਿਰ ਦੇ ਨਾਲ ਇੱਕ ਖੂਹੀ ਸੀ ਉੱਥੇ ਪਾਣੀ ਚੰਗਾ ਸੀ, ਉੱਥੇ ਆਪਣਾ ਕਰਕੇ ਫਿਰ ਅਸੀਂ ਨਿਤਨੇਮ ਆ ਕੇ ਘਰ ਆ ਕੇ ਕਰਨਾ, ਪਹਿਲਾਂ ਗੁਰੂ ਗੁਰੂ ਜਪੀ ਜਾਣਾ, ਅਤੇ ਇੱਕ ਜਣੇ ਨੇ ਪ੍ਰੇਮ ਨਾਲ ਬਾਣੀ ਪੜ੍ਹਨੀ ਅਤੇ ਇੱਕ ਜਣੇ ਨੇ ਗੁਟਕਾ ਫੜ ਕੇ ਉਹ 'ਚ ਸੁਦਾਈ ਕਰਨੀ ਅਤੇ ਇੱਕ ਜਣੇ ਨੇ ਸਮਾਧੀ ਸਥਿਤ ਹੋ ਕੇ ਅਤੇ ਸੁਣਨੀ ਪ੍ਰੇਮ ਨਾਲ, ਉਹ ਫਿਰ ਰੋਟੇਟ ਕਰਨਾ ਸੀ ਆਪਸ ਵਿੱਚ, ਇਸ ਤਰੀਕੇ ਨਾਲ ਫਿਰ ਅਸੀਂ ਇਹ 4:30 ਵਜੇ ਤੱਕ ਅਸੀਂ ਸਾਰਿਆਂ ਨੂੰ ਮੁਕਾ ਲੈਣਾ ਹਾਂਜੀ, 5 ਵਜੇ ਜਾ ਕੇ ਮਤਲਬ ਦਰਬਾਰ ਸਾਹਿਬ ਪ੍ਰਕਾਸ਼ ਕਰਨਾ ਅਤੇ ਉੱਥੇ ਆਪੇ ਗਏ, ਫਿਰ ਸੰਗਤ ਆਉਣੀ ਬਹੁਤ ਸ਼ੁਰੂ ਹੋ ਗਈ, ਅਤੇ ਅਸੀਂ ਕਿੰਨਾ ਚਿਰ ਅਸੀਂ ਆਖੇ ਆਪ ਅਸੀਂ ਬੜਿਆਂ ਨਾਲ ਬਹੁਤ, ਫਿਰ ਸਾਨੂੰ ਪਤਾ ਲੱਗਾ ਵੀ ਜਿਹੜਾ ਕਹਿੰਦੇ ਸੀ ਨਾ ਵੀ ਚੰਗਾ ਹੋ ਗਿਆ ਇਹ ਸਾਡੇ ਵਾਸਤੇ ਚੰਗਾ ਹੋਇਆ ਹੈ, ਅਤੇ ਸਾਨੂੰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਫਿਰ ਅਸੀਂ ਇਸ ਤਰ੍ਹਾਂ ਕਰਕੇ ਉੱਥੇ ਸਾਡਾ ਪ੍ਰੇਮ ਬਣਿਆ, ਅਤੇ ਇਹਨਾਂ ਇੱਕ ਬਾਲਸਵਰੀ ਅਤੇ ਆਪਣੇ ਡਾਕਟਰ ਖੇਮ ਸਿੰਘ ਜਿਹੜੇ ਮਤਲਬ ਕਿ ਆ ਬਾਬਾ ਜੀ ਦੇ ਨਾਲ ਵੀ ਆਉਂਦੇ ਰਹਿਣ ਜਿਹੜੇ ਵਾਈਸ ਚਾਂਸਲਰ ਬਣੇ ਸੀ, ਠੀਕ ਹੈ ਜੀ, ਇਹ ਆਪਸੂ 'ਚ ਫਰੈਂਡ ਸੀ ਦੋਵੇਂ ਜਾਣੇ, ਇਕਬਾਲ ਸਿੰਘ ਵੀ ਦੋ, ਅਤੇ ਇਹ ਬਾਬਾ ਤੇਜਸ ਹੋਰ ਨਾਲ ਪਹਿਲਾਂ ਕਿਤੇ ਮਿਲਦੇ ਗਏ ਸੀਗੇ, ਅਤੇ ਜਦੋਂ ਇਕਬਾਲ ਸਿੰਘ ਸਾਡੇ ਕੋਲ ਆਏ ਤਾਂ ਉਹ ਸਾਲ ਦੇ ਸਾਲ ਨਾਨਕ ਸਾਹਿਬ ਕਿਵੇਂ ਉਹਨਾਂ ਦਾ ਦਿਹਾੜਾ ਮਨਾਉਂਦੇ ਹੁੰਦੇ ਸਾ, ਠੀਕ ਹੈ ਜੀ, ਅਸੀਂ ਇਹਨਾਂ ਦੇ ਨਾਲ ਸਾਰਿਆਂ ਨੇ ਤਿੰਨਾਂ ਜਣਿਆਂ ਨੇ ਜਾਣਾ, ਉਹਦੇ ਐ ਸੀ ਵੀ ਉਹ ਕਲਾਣੇ ਤੋਂ ਘਿਓ ਦਾ ਪੀਪਾ ਲੰਗਰ ਵਾਸਤੇ ਅਤੇ ਹੋਰ ਰਸਮ ਵਗੈਰਾ ਨਾਲ ਲੈ ਕੇ ਜਾਣੀ ਗੱਡੀ 'ਚ, ਅਤੇ ਜਦੋਂ ਪਹਿਲੀ ਵਾਰੀ ਗਏ ਹਾਂ ਤਾਂ ਰਾਹ 'ਚ ਉਦੋਂ ਕੋਈ ਗੱਡੀ ਦੂਸਰੀ ਨਹੀਂ ਸੀ ਜਾਂਦੀ ਹੁੰਦੀ ਅਤੇ ਤੁਰ ਕੇ ਜਾਣਾ ਪੈਂਦਾ ਸੀਗਾ, ਅਤੇ ਉਹ ਸਾਰਾ ਨਿਕਸੋ ਪੀਪਾ ਦੂਸਰਾ ਵਾਰੀ ਵਾਰੀ ਚੁੱਕਣਾ ਅਤੇ ਅਸੀਂ ਉਹ 6-7 ਮੀਲ ਮਤਲਬ ਕਿ ਤੁਰ ਕੇ ਜਾਣਾ ਪੈਂਦਾ ਸੀ, ਅਤੇ ਉੱਥੇ ਫਿਰ ਲੰਗਰ ਵਿੱਚ ਜਾਣਾ, ਅਤੇ ਬਾਬਾ ਤੇਜਸਵਰੀ ਉਦੋਂ ਹੁੰਦੇ ਸੀਗੇ ਅਤੇ ਉਹਨਾਂ ਆਪਣਾ ਲਿਆ ਕੇ ਉੱਥੇ ਅਸੀਂ ਗੁਰਪੁਰਬ ਮਨਾਉਣਾ, ਤਾਂ ਸਾਡਾ ਇਹਨਾਂ ਨਾਲ ਮਤਲਬ ਕੀ ਆ ਜਿਹੜਾ ਉਹ ਹੋਇਆ ਬਾਬਾ ਤੇਜਸਵਰ ਨਾਲ, ਅਤੇ ਜਦੋਂ ਲੁਧਿਆਣੇ ਆਉਣਾ ਤੁਸੀਂ ਤੁਸੀਂ ਥੋੜ੍ਹੀ ਜਿਹੀ ਬਾਬਾ ਤੇਜਾ ਸਿੰਘ ਵਾਲੀ ਉਹਨਾਂ ਦੀ ਤੁਹਾਡਾ ਤੁਹਾਡੀ ਪਹਿਲੀ ਮੁਲਾਕਾਤ ਅਤੇ ਉਹਨਾਂ ਵਾਸਤੇ ਉਹਨਾਂ ਬਾਰੇ ਥੋੜ੍ਹਾ ਜਿਹਾ ਦੱਸੋ, ਸੋ ਸੰਗਤ ਜੀ ਜੇ ਤੁਸੀਂ ਸਕਰੀਨ 'ਤੇ ਦੇਖ ਸਕੋ ਇਸ ਵੇਲੇ ਤਾਂ ਫੋਟੋਗ੍ਰਾਫ ਹੈਗੀ ਹੈ ਜਿਹਦੇ ਵਿੱਚ ਭਾਈ ਸਾਹਿਬ ਜੀ ਵੀ ਹੈਗੇ ਆ ਅਤੇ ਭਾਈ ਤੇਜਾ ਸਿੰਘ ਜੀ ਹੋਣੀ ਵੀ ਹੈਗੇ ਆ ਅਤੇ ਭਾਈ ਇਕਬਾਲ ਸਿੰਘ ਜੀ ਹੋਣੀ ਵੀ ਹੈਗੇ ਆ ਆਂਦਰ ਰਾਈਟ, ਹਾਂਜੀ ਮਹਿੰਦਰ ਸਿੰਘ ਜੀ ਹੋਣੀ ਵੀ ਹੈਗੇ ਆ ਅਤੇ ਬਾਬਾ ਹਰਨਾਮ ਸਿੰਘ ਜੀ ਹਰੀਆਂ ਮੇਲਾ ਵਾਲੇ ਆਪਣਾ ਰਾਮਪੁਰ ਖੇੜੇ ਵਾਲੇ, ਸੋਰੀ ਰਾਮਪੁਰ ਖੇੜੇ ਵਾਲੇ
1960 ਦੀ ਫੋਟੋ ਇਹ ਜਦੋਂ ਬੜੂ ਸਾਹਿਬ ਦੀ ਬੜੂ ਸਾਹਿਬ ਉਦੋਂ ਕੁਛ ਨਾ ਕੁਛ ਬਣ ਗਿਆ ਸੀਗਾ ਠੀਕ ਹੈ ਜੀ ਪਰ ਅਸੀਂ ਬੜੂ ਸਾਹਿਬ ਦਾ ਤਾਂ ਇਹ ਹੈ ਵੀ ਪਹਿਲਾਂ ਅਸੀਂ ਤਾਂ ਨਾਨਕਸਰ ਚੀਮੇ ਜਾਂਦੇ ਹੁੰਦੇ ਸਾਂ ਜੀ ਅਤੇ ਇਹ ਇਕਬਾਲ ਸੋਰੀ ਫਿਰ ਇਹ ਕੋਟਨ ਮੈਨਿਊਰੀਅਲ ਸਕੀਮ ਵਿੱਚ ਸੀ ਮੈਂ ਕੋਟਨ ਐਕਸਟੈਂਸ਼ਨ ਸਕੀਮ ਵਿੱਚ ਸੀ ਇੱਕ ਰਿਸਰਚ ਦੀ ਹੋਰ ਸਕੀਮ ਸੀ ਉਹਦੇ ਵਿੱਚ ਭਾਈ ਮਹਿੰਦਰ ਸੋਰੀ ਸਾਰੇ ਕੋਟਨ ਵਿੱਚ ਸਾਰੇ ਡਾਕਟਰ ਸਾਹਿਬ ਕੁਸ਼ਚਨ ਹੈ ਵੀ ਤੁਸੀਂ ਪੜ੍ਹਾਈ 'ਚ ਵੀ ਇਕੱਠੇ ਸੀਗੇ ਤਿੰਨੋਂ ਜਣੇ ਨਹੀਂ ਪੜ੍ਹਾਈ 'ਚ ਵੱਖਰੇ ਵੱਖਰੇ ਸਨ ਪੜ੍ਹਾਈ 'ਚ ਇਹ ਗੱਲ ਸੀਗੀ ਵੀ ਮੈਂ 48 'ਚ ਹਾਂਜੀ ਅਸੀਂ ਬੀ ਐੱਸ ਸੀ ਐਗਰੀਕਲਚਰ ਕੀਤੀ ਜੀ ਅਤੇ ਜਦੋਂ 47 'ਚ ਇਹ ਬਣਿਆ ਨਾ ਪਾਕਿਸਤਾਨ ਜੀ ਅਤੇ ਉਦੋਂ ਲੈਲਪੁਰ ਕਾਲਜ ਦੇ ਸਟੂਡੈਂਟ ਸਾਰੇ ਇਹ ਇਕਬਾਲ ਸਿੰਘ ਖੇਮ ਸਿੰਘ ਗਿਆਨ ਸਿੰਘ ਇਹ ਆਪਣੇ ਸਾਰੇ ਇਹ ਇਕੱਠੇ ਸੀਗੇ ਠੀਕ ਹੈ ਜੀ ਇਹ ਸਾਰੇ ਖਾਲਸਾ ਕਾਲਜ ਕਲਾਸਾਂ ਇਕੱਠੀਆਂ ਹੁੰਦੀਆਂ ਸੀ ਠੀਕ ਹੈ ਜੀ ਅਤੇ ਉੱਥੇ ਹੀ ਫਿਰ ਇਹ ਮਤਲਬ ਇਹ ਆ ਵੀ ਇਹ ਸੰਯੋਗ ਇਸ ਤਰ੍ਹਾਂ ਬਣੇ ਵੀ ਸੰਤ ਬਾਬਾ ਤੇਜਾ ਸੋਰੀ ਖਾਲਸਾ ਕਾਲਜ ਦੇ ਪ੍ਰਿੰਸੀਪਲ ਵੀ ਰਹਿ ਚੁੱਕੇ ਸਨ ਠੀਕ ਹੈ ਜੀ ਅਤੇ ਫਿਰ ਇਹਨਾਂ ਦਾ ਜਦੋਂ ਪ੍ਰੇਮ ਸੰਤ ਬਾਬਾ ਅਤਸੋਰ ਨਾਲ ਬਣਿਆ ਜੀ ਅਤੇ ਉਸ ਤੋਂ ਬਾਅਦ ਫਿਰ ਇਹ ਇਹਨਾਂ ਨੇ ਕਈ ਥਾਈਂ ਇਹਨਾਂ ਨੂੰ ਨੌਕਰੀਆਂ ਮਿਲੀਆਂ ਅਤੇ ਨੌਕਰੀਆਂ ਇਹਨਾਂ ਨੇ ਕੀਤੀਆਂ ਨਹੀਂ ਅਤੇ ਮੁੜ ਕੇ ਫਿਰ ਕਿਤੇ ਇੱਕ ਵਾਰੀ ਇਹ ਆਏ ਉੱਥੇ ਖਾਲਸਾ ਕਾਲਜ ਆਏ ਜੀ ਖਾਲਸਾ ਕਾਲਜ ਆਏ ਅਤੇ ਇਹਨਾਂ ਨੇ ਪ੍ਰਿੰਸੀਪਲ ਇਹਨਾਂ ਨੂੰ ਖਾਲਸਾ ਕਾਲਜ ਦਾ ਬਣਾ ਦਿੱਤਾ ਉੱਥੇ ਭਾਣਾ ਇਹ ਵਰਤਿਆ ਕਿ ਇਹ ਪਹਿਲਾਂ ਇਹਨਾਂ ਨੂੰ ਮਹਾਰਾਜ ਦਾ ਕੋਈ ਨਹੀਂ ਸੀਗਾ ਸਤਿਕਾਰ ਜੀ ਅਤੇ ਕਹਿੰਦੇ ਨੇ ਆਪ ਕਹਿੰਦੇ ਨੇ ਵੀ ਮੈਂ ਟੇਬਲ ਦੇ ਉੱਤੇ ਰੱਖੀ ਪਿਆ ਸੀ ਹਾਂਜੀ ਅਤੇ ਫਿਰ ਜਦੋਂ ਦੋ ਕੁ ਵਾਰੀ ਹੋਇਆ ਜੀ ਇਹਨਾਂ ਨੂੰ ਪ੍ਰੇਮ ਜਾਕਿਆ ਅਤੇ ਇਹਨਾਂ ਦੇ ਨਾਲ ਪ੍ਰੋਫੈਸਰ ਜਿਹੜੇ ਸੀ ਉਹਨਾਂ ਨੇ ਇਹਨਾਂ ਨੂੰ ਬਾਬਾ ਸ਼ਾਮ ਸਿੰਘ ਕੋਲ ਚਲੇ ਲੈ ਗਏ ਅੰਮ੍ਰਿਤਸਰ ਠੀਕ ਹੈ ਜੀ ਦਰਬਾਰ ਸਾਹਿਬ ਉਹਨਾਂ ਕੋਲ ਜਾ ਕੇ ਬੇਨਤੀ ਕੀਤੀ ਵੀ ਇਹ ਪ੍ਰੇਮੀ ਨੂੰ ਪ੍ਰੇਮ ਹੋਇਆ ਜੀ ਮਹਾਰਾਜ ਤੁਸੀਂ ਇਹਨੂੰ ਗਾਈਡ ਕਰੋ ਉਹ ਕਹਿੰਦੇ ਭਾਈ ਲਾਹੌਰ ਬਾਬਾ ਅਤਰ ਸੋਰੀ ਆਏ ਹੋਏ ਨੇ ਅੱਛਾ ਇਹਨਾਂ ਨੇ ਉਧਰ ਇਸ਼ਾਰਾ ਕਰਤਾ ਇਹ ਫਿਰ ਭਾਈ ਅਤਰ ਸਿੰਘ ਕੋਲ ਬਾਬਾ ਅਤਰ ਸਿੰਘ ਕੋਲ ਸੰਤ ਤੇਜਾ ਸਿੰਘ ਅਤੇ ਇਹਨਾਂ ਦਾ ਨਾਂ ਪਹਿਲਾਂ ਪ੍ਰਿੰਸੀਪਲ ਰੰਜਨ ਸਿੰਘ ਹੁੰਦਾ ਸੀ ਮਹਿਤਾ ਹਾਂਜੀ ਉੱਥੇ ਗਏ ਅਤੇ ਫਿਰ ਉਹਦੇ ਦਰਸ਼ਨ ਕਰਦਿਆਂ ਸਾਰੀ ਕਾਂ ਕਲਪ ਹੋ ਗਈ ਉਹਨਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਇਹਨਾਂ ਨੂੰ ਇਹ ਬਚਨ ਕੀਤਾ ਵੀ ਪ੍ਰੇਮੀਆ ਤੁਸੀਂ ਤਾਂ ਬਹੁਤ ਸੇਵਾ ਕਰਨੀ ਆ ਹੈਂ ਹੁਣ ਜੋ ਕੁਛ ਪਿੱਛੇ ਹੋਇਆ ਉਹ ਟੁੱਟਾ ਗਿਆ ਹੁਣ ਤੇਰੇ 'ਤੇ ਅਕਾਲ ਪੁਰਖ ਦੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਤੂੰ ਸੇਵਾ ਕਰ ਜਦੋਂ ਇਹ ਮਿੱਠੇ ਬਚਨ ਹੋਏ ਅਤੇ ਫਿਰ ਘਰ ਆ ਕੇ ਚਲੋ ਸਵੇਰੇ ਜਾਣਾ ਗੁਰਦੁਆਰੇ ਖਾਲਸਾ ਕਾਲਜ ਦਾ ਜਦੋਂ ਅਰਦਾਸ ਹੋਣੀ ਆਹ ਕਰਦੇ ਮਨ ਇਹਨਾਂ ਨੇ ਡਿੱਗ ਪੈਣਾ ਦੋ ਵਾਰੀ ਤਿੰਨ ਵਾਰੀ ਡਿੱਗੇ ਫਿਰ ਲੋਕਾਂ ਨੂੰ ਇਹਨਾਂ ਨੂੰ ਸੰਗਤ ਨੂੰ ਪਤਾ ਲੱਗ ਗਿਆ ਵੀ ਅਰਦਾਸ ਇਹਨਾਂ ਨੇ ਡਿੱਗ ਪੈਣਾ ਉਹਨਾਂ ਫੜ ਲਓ ਜੀ ਫਿਰ ਅਰਦਾਸ ਫੜ ਲਓ ਤੇਜਸਵਰ ਐਸੀ ਕਲਾ ਵਰਤੀ ਅਤੇ ਬਖਸ਼ਿਆਂ ਹੋਣੀਆਂ ਸੀਗੀਆਂ ਤੁਰ ਕਰਨ ਜਿਨ੍ਹਾਂ ਕੋ ਤੁਦ ਪਾਇਆ ਤਾਂ ਤਿੰਨੀ ਕਸਮ ਤਿਆਰ ਇਹਨਾਂ ਜਨਤਾ ਕੇ ਵਸ ਕਿਛ ਨਾ ਹੀ ਤੁਦ ਵੇਖੀ ਜਗਤ ਪਿਆ ਇਕਨਾਂ ਨੂੰ ਤੂੰ ਮੇਲ ਲੈ ਅਤੇ ਕੱਟ ਤੁਦ ਖੁਆਇਆ ਐਸੀ ਕਲਾ ਵਰਤੀ ਫਿਰ ਸਾਰਾ ਇਹਨਾਂ ਦੇ ਤੁਸੀਂ ਉਹਨਾਂ ਦੇ ਸੇਬ ਸੇਬ ਪੇਪਰ ਪੱਚ ਪਰੇ ਬਣ ਗਏ ਉਹਨਾਂ ਦਾ ਬਚਨ ਇੱਕ ਦੁੱਖ ਇਹਨਾਂ ਦੇ ਮਨ ਵਿੱਚ ਵਸੀ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਖੁਦ ਪ੍ਰਸਾਦੀ ਤਰੀ ਮਹਾਰਾਜ ਦੇ ਸੰਤਾਂ ਦੇ ਮੂੰਹੋਂ ਕੋਈ ਮਾੜੀ ਜਿਹੜੀ ਗੱਲ ਵੀ ਨਿਕਲੀ ਹੈ ਇਹਨਾਂ ਨੇ ਸੱਤ ਕਰਕੇ ਸੱਤ ਬਚਨ ਕਰਕੇ ਹਾਂਜੀ ਤੋ ਕੋਈ ਦੇਖੋ ਬਨਾਰਸ ਯੂਨੀਵਰਸਿਟੀ ਜਾ ਕੇ ਉੱਥੇ ਇਹਨਾਂ ਨੇ ਸੰਤ ਬਾਬਾ ਤਸੋਰਾਂ ਨੇ ਨੀਂਹ ਰੱਖੀ ਫਿਰ ਉਹਨਾਂ ਨੇ ਜਿਹੜਾ ਇੰਜੀਨੀਅਰ ਰੁੜਕੀ ਦਾ ਕਾਲਜ ਸੀਗਾ ਉਹ ਮੁਸਲਮਾਨਾਂ ਦਾ ਕਾਲਜ ਸੀ ਉੱਥੇ ਇਹਨਾਂ ਨੂੰ ਤੇਜਾਸੋਰਾਂ ਨੂੰ ਬੁਲਾਇਆ ਸਾਲ ਡੇਢ ਸਾਲ ਉੱਥੇ ਰਹੇ ਜਿੱਥੇ ਵੀ ਰਹੇ ਉਹ ਤੋਂ ਬਾਅਦ ਮਤਲਬ ਕੀ ਹੈ ਜਿਵੇਂ ਜਿਵੇਂ ਇਹਨਾਂ ਨੂੰ ਬੁਲਾ ਲੈਂਦੇ ਫਿਰ ਮਸਤੂ ਆਉਣੇ ਦੂਸਰੇ ਸਾਰੇ ਬਣੇ ਸਾਰੇ ਅਤੇ ਨਾਨਕ ਸਰ ਟੀਮਾਂ
ਆਪਣਾ ਸਭ ਵੱਡਿਆਂ ਸੰਤਾਂ ਦਾ ਆਪਣਾ ਜਨਮ ਨਗਰ ਸੀਗਾ। ਫਿਰ ਉੱਥੇ ਵੀ ਇਹਨਾਂ ਨੇ ਬਹੁਤ ਸੇਵਾ ਕਰੀ ਸਾਰੀ। ਸੋ ਇਹ ਆ ਵੀ ਇਹ ਪਤਾ ਨਹੀਂ ਹੁੰਦਾ, ਪਰ ਜਿਸ ਕੋਲੋਂ ਸੱਚੇ ਪਾਤਸ਼ਾਹ ਨੇ ਜਿਸ ਵੀ ਕੋਲੋਂ ਸੇਵਾ ਲੈਣੀ ਹੁੰਦੀ ਹੈ, ਪਿੱਠ 'ਤੇ ਉਹਦਾ ਹੱਥ ਹੁੰਦਾ ਅਕਾਲ ਪੁਰਖ ਦਾ, ਸਰੀਰ ਰਹਿੰਦਾ, ਆਤਮਾ ਸੇਵਾ ਕਰਦੀ ਹੈ ਜੀ। ਅਤੇ ਸਰੀਰ ਆਉਂਦੇ ਜਾਂਦੇ ਨੇ, ਪਰ ਆਤਮਾ ਜਿਹੜੀ ਆ ਜਿੱਥੋਂ ਆਉਂਦੀ, ਜਦ ਉਹ ਤਾਂ ਰੰਗੀ ਜਾਵੇ ਫਿਰ ਉਹਦੇ ਵਿੱਚ ਜਾ ਰਲਦੀ, ਰੰਗ ਉਹਦਾ ਪਚਾਤ। ਹਾਂਜੀ ਪਾਪਾ ਜੀ, ਥੋੜ੍ਹਾ ਜਿਹਾ ਇਸ ਫੋਟੋ ਬਾਰੇ ਦੱਸੋ, ਜਿਹੜੀ ਸਾਡੀ ਤੀਜੀ ਫੋਟੋ ਹੈਗੀ ਆ, ਇਹ 1960 ਦੀ ਫੋਟੋ ਹੈਗੀ ਆ। ਇਹ ਇਹ ਇਸ ਤਰ੍ਹਾਂ ਸੀਗਾ, ਅਤੇ ਇੱਥੇ ਥੱਲੇ ਚੇਅਰ 'ਤੇ ਤੇਜਾ ਸਿੰਘ ਬੈਠੇ ਹੋਏ ਆ, ਰਾਈਟ ਸਾਈਡ 'ਤੇ ਬੈਠੇ ਹੋਏ ਆ ਜਿਹੜੇ ਸੇਖ ਕਨਈਆ ਰਾਮਖੁੜ ਖੇਡ ਵਾਲੇ, ਅਤੇ ਤੁਸੀਂ ਸੰਤ ਤੇਜਾ ਸਿੰਘ ਮਹਾਰਾਜ ਦੇ ਪਿੱਛੇ ਖੜ੍ਹੇ ਹੋਏ ਆ ਇੱਥੇ। ਤੁਹਾਡੀ ਕਿੰਨੀ ਕੁ ਉਮਰ ਹੋਣੀ ਹੈ ਇੱਥੇ? ਤੁਸੀਂ ਲਾ ਲਓ ਸਾਹਿਬ 60 ਆ, ਅਤੇ ਮੈਂ ਅਠਾਈਆਂ ਸਾਲਾਂ ਦਾ, 28 'ਚ ਮੇਰਾ ਜਨਮ ਹੋਇਆ, ਅਤੇ ਉਦੋਂ 32 ਸਾਲ ਦੇ ਹੋਣਗੇ। ਅਤੇ ਫਿਰ ਇਸ ਫੋਟੋ ਦੀ ਬੈਕਗਰਾਊਂਡ ਕੀ ਹੈਗੀ ਆ? ਇਹ ਫੋਟੋ ਦੀ ਬੈਕਗਰਾਊਂਡ ਇਹ ਆ ਕਿ ਉਦੋਂ ਥੋੜ੍ਹਾ ਜਿਹਾ ਡਿਵੈਲਪਮੈਂਟ ਹੋ ਚੁੱਕੀ ਸੀਗੀ, ਹੈ ਜੀ, ਠੀਕ ਹੈ ਜੀ। ਹਾਂ, ਬਾਬਾ ਇਕਬਾਸ ਹੋ ਰਹੀ ਸਾਡੇ ਉਹਨਾਂ ਦੀ, ਇੱਥੋਂ ਸ਼ੁਰੂ ਕਰਦੇ ਹਾਂ। ਜਾਂ ਉਹ ਜਿਹੜੀ ਥਾਂ, ਜਿਹੜੀ ਕਹਾਣੀ ਹੈਗੀ ਵੀ ਵੀ ਥਾਂ ਕਿੱਦਾਂ ਲੱਭੀ ਸੀ? ਮੈਂ ਤੁਹਾਨੂੰ ਉਹੀ ਦੱਸਣ। ਬਾਬਾ ਇਕਬਾਲ ਸੋਹਰਾਂ ਦੀ ਆਪਣੇ ਬੌਸ ਨਾਲ ਨਾ ਬਣੀ, ਉਹ ਆਖੇ ਵੀ ਰਿਜ਼ਲਟ ਇਹੋ ਜਿਹੇ ਬਣਾ ਕੇ ਦੇ, ਇਹ ਆਖਣ ਵੀ ਜਿਹੜੇ ਠੀਕ ਨੇ ਉਹ ਹੀ ਦੇਣੇ। ਮੈਂ ਵੇਖਿਆ ਵੀ ਜਦੋਂ ਇਹਨਾਂ ਨੇ ਮੈਨੂੰ ਖਰਾਬ ਕਰਨਾ, ਅਤੇ ਇਹ ਜਲੰਧਰ ਗਿਆ, ਅਤੇ ਇਹ ਉਹਨੇ ਆਪਣਾ ਜਿਹੜੇ ਸਾਡੇ ਡਾਕਟਰ ਨੇਗੀ ਹੁੰਦੇ ਸੀਗੇ, ਉਹ ਹਿਮਾਚਲ ਪ੍ਰਦੇਸ਼ ਦੇ ਸੀਗੇ, ਅਤੇ ਉਹ ਰਿਸਰਚ ਦੇ ਸੀਗੇ। ਉਹਨਾਂ ਨੂੰ ਕਹਿਣ ਲੱਗੇ ਵੀ ਮੈਨੂੰ ਤੁਸੀਂ ਮਤਲਬ ਕਿ ਆ ਹਿਮਾਚਲ 'ਚ ਮਿਲੋ, ਉੱਧਰ ਕੋਈ ਹੈਗੀ ਤਾਂ ਦੇ, ਉੱਥੇ ਚੱਕ ਤੂੰ ਕੀ ਕਰੇਗਾ, ਤੂੰ ਇੱਥੇ ਚਾਹੇ ਤਰੱਕੀ ਹੋ ਜਾਣੀ, ਇਹ ਹੈ ਉਹ ਹੈ ਫਲਾਣਾ ਧਮਕਾ। ਲੇਕਿਨ ਸੱਚੇ ਪਾਤਸ਼ਾਹ ਨੇ ਜਿਵੇਂ ਕਲਾ ਵਰਤਾਉਣੀ ਹੁੰਦੀ ਆ, ਇਹ ਉੱਥੋਂ ਰਿਜ਼ਾਈਨ ਕਰਕੇ ਉੱਧਰਲੇ ਬੰਨੇ ਧੌਲੇ ਕੂਹੇ ਨਿਕਲੀ, ਪਾਉਂਟਾ ਸਾਹਿਬ ਦੇ ਨਾਲ ਹੀ ਧੌਲਾ ਕੂਹਾਂ ਜਿੱਥੇ ਰਿਸਰਚ ਫਾਰਮ, ਉੱਥੇ ਇੱਕ ਰਿਸਰਚ ਅਸਿਸਟੈਂਟ ਹੀ ਨਿਕਲੀ, ਇਹਨਾਂ ਨੇ ਅਪਲਾਈ ਕੀਤਾ ਸਿਲੈਕਟ ਹੋ ਕੇ, ਉੱਥੋਂ ਇਹ ਕੰਮ ਦੇ ਜ਼ੋਰ ਨਾਲ ਇਹਨਾਂ ਦੀ ਤਰੱਕੀ ਹੋਈ, ਅਤੇ ਡਿਸਟ੍ਰਿਕਟ ਨਾਹਣ ਦੇ ਅਤੇ ਅਫਸਰ ਬਣ ਗਏ, ਉੱਥੋਂ ਇਹਨਾਂ ਦੀ ਤਰੱਕੀ ਹੋਈ, ਅਤੇ ਇਹ ਡਿਪਟੀ ਡਾਇਰੈਕਟਰ ਸ਼ਿਮਲੇ ਵਿੱਚ ਨੇ, ਉੱਥੋਂ ਤਰੱਕੀ ਹੋਈ ਅਤੇ ਡਾਇਰੈਕਟਰ ਬਣ ਗਏ ਐਗਰੀਕਲਚਰ ਸਾਰਿਆਂ ਨਾਲੋਂ ਵੱਡੇ। ਅਤੇ ਇਹਨਾਂ ਦਾ ਇਹ ਸੀ ਵੀ ਕਿਸੇ ਦੀ ਨੌਕਰੀ ਵਿੱਚ ਕਿਸੇ ਨੂੰ ਕਿਸੇ ਦਾ ਨੁਕਸਾਨ ਨਹੀਂ ਕੀਤਾ, ਝਿੜਕ ਦਿੰਦੇ ਸੀ, ਅਤੇ ਸਾਰਿਆਂ ਨੂੰ ਪਤਾ ਸੀ ਵੀ ਜੇ ਇਹਨਾਂ ਜੇ ਗੁੱਸੇ ਹੋ ਗਏ ਨਾ ਤਾਂ ਸਾਡਾ ਨੁਕਸਾਨ ਹੋ ਗਿਆ ਜੀ, ਜੇ ਕਿਸੇ ਕੋਲ ਗਲਤੀ ਹੋ ਗਈ ਨਾ ਉਹ ਪਹਿਲਾਂ ਹੀ ਹੱਥ ਜੋੜ ਕੇ ਮਾਫ਼ੀ ਮੰਗ ਲੈਂਦੇ, ਇਹ ਬਖਸ਼ ਦਿੰਦੇ। ਇਹਨਾਂ ਦਾ ਮਿਨਿਸਟਰੀਆਂ ਵਿੱਚ ਤਾਂ ਸਾਰੇ ਬਣੇ ਇੰਨਾ ਸਤਿਕਾਰ ਸੀਗਾ, ਸਾਰੇ ਬਾਬਾ ਜੀ ਕਰਕੇ ਕਹਿੰਦੇ ਸੀ, ਚੂੜੀਦਾਰ ਪਜਾਮਾ ਐਚਕਨ, ਅਤੇ ਜਿਹੜੀ ਬਿਲਕੁਲ ਸਿੰਪਲ ਇਹਨਾਂ ਦੀ ਲਾਈਫ ਸੀ। ਅਤੇ ਇਹ ਜਦੋਂ ਚਲੇ ਗਏ ਉੱਥੇ ਸਾਰੇ, ਅਤੇ ਇਹ ਇਹਨਾਂ ਨੂੰ ਸੰਤ ਬਾਬਾ ਅਤਰ ਸਿੰਘ ਹੋਰਾਂ ਨੇ ਬਾਬਾ ਤੇਜਾ ਸਿੰਘ ਹੋਰਾਂ ਨਾਲ ਵਚਨ ਕੀਤਾ ਸੀ ਵੀ ਸਮਾਂ ਬਹੁਤ ਅੱਗੇ ਕਠਿਨ ਆਉਣਾ ਹੈ, ਅਤੇ ਇੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੇ ਚਰਨ ਪਏ ਨੇ ਕਿਤੇ, ਹਾਂਜੀ ਉਹ ਜਗ੍ਹਾ ਲੋਕੇਟ ਕਰਨੀ। ਬਾਬਾ ਤੇਜਾ ਸਿੰਘ ਨੂੰ ਆਖਿਆ, ਸੰਤ ਬਾਬਾ ਅਤਰ ਸਿੰਘ ਜੀ ਮਸਤੁਆਣਾ ਵਾਲਿਆਂ ਨੇ ਸੰਤ ਬਾਬਾ ਤੇਜਾ ਸਿੰਘ ਨੂੰ ਇਹ ਵਚਨ ਦਿੱਤਾ, ਠੀਕ ਹੈ ਜੀ। ਹੁਣ ਉਹ ਵਚਨ ਇਹਨਾਂ ਦੇ ਹਿਰਦੇ ਵਿੱਚ ਸੀ ਜੀ, ਅਤੇ ਦੇਖਣਾ ਵੀ ਹੁਣ ਅਸੀਂ ਸਾਡਾ ਕਿਸੇ ਵੇਲੇ ਵੀ ਕੋਈ ਹੁਕਮ ਆ ਸਕਦਾ ਹੈਗਾ ਜੀ, ਅਤੇ ਅਸੀਂ ਗਾਹ ਕਰੀਏ, ਉਹ ਸਾਰਾ ਇਹਨਾਂ ਨੇ ਫਿਰ ਇਕਬਾਲ ਸੋਹਰਾਂ ਨੂੰ ਵਚਨ ਕਰਦੇ, ਇਹਨਾਂ ਨੇ ਕੋਸ਼ਿਸ਼ ਕੀਤੀ ਅਤੇ ਤਿੰਨ ਚਾਰ ਥਾਵਾਂ ਦੇਖੀ, ਅਤੇ ਪਤਾ ਨਾ ਲੱਗੇ ਵੀ ਹੁਣ ਕਿਹੜੀ ਹੈ, ਸਾਨੂੰ ਨਹੀਂ ਪਤਾ ਲੱਗਾ। ਬੇਨਤੀ ਕੀਤੀ ਜੀ ਸਾਨੂੰ ਕੋਈ ਪਤਾ ਨਹੀਂ ਲੱਗਦਾ ਵੀ ਤੁਸੀਂ ਆਪ ਆਓ, ਅਤੇ ਅਸੀਂ ਇਹਨਾਂ ਦੀ ਵਿਵਸਥਾ ਬਾਬਾ ਤੇਜ ਸੋਹਰਾਂ ਦੀ
ਮਤਲਬ ਕੀ ਆ ਵਿਹਲਾ ਵਾਸਤਾ ਸੀ ਜੀ, ਇਹਨਾਂ ਵਾਸਤੇ ਪਾਲਕੀ ਤਿਆਰ ਕੀਤੀ, ਇਹਨਾਂ ਨੂੰ ਤਿੰਨ ਚਾਰ ਥਾਵਾਂ ਦਿਖਾਈਆਂ। ਔਰ ਜਿਹੜਾ ਸ਼ਹਿਰ ਆਉਂਦਾ ਹੈਗਾ ਸ਼ਿਮਲੇ ਨੂੰ ਜਾਂਦੇ ਰਸਤੇ ਵਿੱਚ ਆਉਂਦਾ ਨਾ, ਅਤੇ ਉਹ ਉੱਥੇ ਇੱਕ ਥਾਂ ਦਿਖਾਈ ਜੀ, ਇਹਨਾਂ ਨੇ ਆਖਿਆ ਨਹੀਂ ਇਹ ਨਹੀਂ, ਹੋਰ ਦਿਖਾਈ ਲਿਜਾ ਕੇ ਉਹ ਦਿਖਾਈ, ਜੀਪ 'ਤੇ ਲੈ ਜਾਣਾ ਉੱਥੇ, ਅਤੇ ਪੱਗਾਂ ਫਿਰ ਮੁੜ ਕੇ ਪਾਲਕੀ 'ਚ ਕਰਕੇ, ਅਤੇ ਉਹਨਾਂ ਨੂੰ ਕਹਿਣਾ ਉਹ ਵੀ ਨਹੀਂ, ਉਹ ਵੀ ਨਹੀਂ, ਉਹ ਵੀ ਨਹੀਂ। ਚੌਥੀ ਥਾਂ 'ਤੇ ਜਾ ਕੇ ਇਹਨਾਂ ਨੂੰ ਕਹਿਣ ਲੱਗੇ ਹੈ ਠੀਕ, ਸੰਤ ਬਾਬਾ ਪੂਜਾ ਸਿੰਘ ਉਹ ਜਗ੍ਹਾ ਐਸੀ ਸੀ ਕਿ ਉਹਦਾ ਵਾਹਦ ਇੱਕ ਬੰਦਾ ਜਿਹੜਾ ਸੀ ਉਹ ਮਾਲਕ ਸੀ, ਉਹਦੇ ਨਾਲ ਇਹ ਭਾਣਾ ਵਰਤਿਆ ਕਿ ਉਹਦੇ ਕੋਲ ਉਹਦੀ ਜ਼ਮੀਨ ਵਿੱਚ ਜਿੱਥੇ ਚਸ਼ਮਾ ਸੀਗਾ ਪਿੱਛੋਂ ਪਾਣੀ ਆਉਂਦਾ ਸੀ, ਬਹੁਤ ਚੰਗੀ ਥਾਂ ਸੀ, ਅਤੇ ਇੱਕ ਦਰਖਤ ਸੀ ਵੱਡਾ ਅਖਰੋਟ ਦਾ ਜੀ, ਉਹਦੇ ਆਲੇ ਦੁਆਲੇ ਥੜਾ ਬਣਿਆ ਸੀ, ਅਤੇ ਉੱਥੇ ਮਹਾਰਾਜ ਦੇ ਚਰਨ ਪਏ ਹੋਏ ਸੀਗੇ। ਜਦੋਂ ਨਾਨ ਗਏ ਅਤੇ ਦੰਦੇ ਬਣੇ ਸਾਰੇ ਉਦੋਂ ਕੋਈ ਸ਼ਿਕਾਰ ਖੇਡਦੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਹੋਰ ਤਪੱਸਵੀ ਕਈਆਂ ਨੇ ਆ ਕੇ ਉੱਥੇ ਮਤਲਬ ਕੀ ਕਰ, ਅਤੇ ਇੱਕ ਵਾਰੀ ਕੋਈ ਸਾਧੂ ਆਇਆ ਅਤੇ ਇਹ ਉੱਤੋਂ ਇਹਦੀ ਘਰ ਵਾਲੀ ਜਿਹੜੀ ਸੀ ਉਹ ਉਹਨੂੰ ਜਲ ਪਾਣੀ ਛਕਾ ਜਾਂਦੀ ਸੀ ਜੀ, ਅਤੇ ਇੱਕ ਦਿਨ ਉਹ ਘਰ ਵਾਲੀ ਕਿਤੇ ਗਈ ਅਤੇ ਇਹਨੂੰ ਕਹਿ ਗਈ ਆਪਣੇ ਘਰ ਵਾਲੇ ਨੂੰ ਕਹਿ ਗਈ ਕਿ ਤੂੰ ਪਛਾਦਾ ਲੈ ਜੀ ਮੈਂ ਬਣਾ ਕੇ ਰੱਖ ਚੱਲੀ ਜੀ, ਅਤੇ ਤੂੰ ਟਾਈਮ ਸਿਰ ਜਾ ਕੇ ਛਕਾ ਦੇ। ਉਹ ਲੈ ਕੇ ਗਈ, ਉਹ ਲੈ ਕੇ ਗਿਆ ਭਾਈ, ਅਤੇ ਉਹਦੇ ਉਹਦੇ ਅੱਗੇ ਪਛਾਦਾ ਰੱਖਿਆ, ਉਹਨੇ ਹੱਥ ਜੋੜੇ ਕੁਛ ਮੰਤਰ ਮੰਤਰ ਪੜ੍ਹੇ, ਅਤੇ ਪਹਿਲਾਂ ਹੀ ਪਛਾਦਾ ਛਕਣ ਤੋਂ ਬੋਲਿਆ ਉਹਨੂੰ ਕਿ ਇਹ ਥਾਂ ਤੁਹਾਡੇ ਕੋਲ ਨਹੀਂ ਰਹਿਣੀ, ਇੱਥੇ ਤਾਂ ਢੋਲਕੀਆਂ ਛੈਣੇ ਵੱਜਣੇ। ਉਹਨੂੰ ਕ੍ਰੋਧ ਆ ਗਿਆ, ਉਹਨੇ ਥਾਲੀ ਫੜਕੀ ਕਰਨ ਲੱਗਾ, ਨਾਲੇ ਇਹਨੂੰ ਪਛਾਦਾ ਸੁਕਾਉਣੇ, ਨਾਲੇ ਵੇ ਵੀ ਸਾਨੂੰ ਕੋਈ ਦੇਵੇ ਵੀ ਤੇਰੇ ਕੋਲ ਥਾਂ ਨਹੀਂ ਦੇਣੀ, ਚੁੱਕ ਕੇ ਲੈ ਗਿਆ। ਜਦੋਂ ਘਰ ਵਾਲੀ ਆਈ ਉਹਨੇ ਆਖਿਆ ਤੁਸੀਂ ਇਹ ਕੀ ਕੀਤਾ, ਬਹੁਤ ਖਰਾਬੀ ਕੀਤੀ, ਮੁੜ ਕੇ ਉਹਨੂੰ ਲੱਭਣ ਸਾਧੂ ਲੱਭੇ ਨਹੀਂ, ਉਹਦੀ ਫਿਰ ਜ਼ਮੀਨ ਹੀ ਵਿਕਾਊ ਵਕੀਲ। ਉਹ ਫਿਰ ਇਹਨਾਂ ਨੇ ਸੰਤ ਜੀ ਮਹਾਰਾਜ ਤੇਜਸ ਹੋਰਾਂ ਨੇ, ਇਕਬਾਲ ਸਹੋਰਾਂ ਨੇ, ਅਤੇ ਸਾਡੇ ਇੱਕ ਡਿਊਟੀ ਡਾਇਰੈਕਟਰ ਹੁੰਦੇ ਸੀ ਅਮਰਾਵਰ ਸਿੰਘ, ਇੰਨੇ ਜਣ ਗਏ ਉਹਨਾਂ ਨੇ ਸਭ ਦਾ ਕਰਕੇ ਉਹ ਸਾਰਾ ਲੈ ਲਿਆ। ਉਹ ਫਿਰ ਇਸ ਤਰੀਕੇ ਨਾਲ ਉਹ ਥਾਂ ਲਈ ਗਈ ਪਰਚੇਸ, ਅਤੇ ਉੱਥੇ ਜਿੱਥੇ ਉਹ ਖਰੋਟ ਦਾ ਤਖ਼ਤ ਸੀ ਅਤੇ ਇੱਕ ਨਾਲ ਛੋਟਾ ਜਿਹਾ ਕੋਠਾ ਸੀਗਾ ਜੀ, ਹਾਂਜੀ, ਉਹ ਛੰਨ ਜਿਹੀ ਪਈ ਹੋਈ ਸੀ ਉੱਤੇ, ਅਤੇ ਮਤਲਬ ਅਸੀਂ ਉਸ ਵੇਲੇ ਵੀ ਉੱਥੇ ਗਏ ਹਾਂ ਜਦੋਂ ਇਕੱਲੀ ਛੰਨ ਹੁੰਦੀ ਸੀ, ਹਾਂਜੀ। ਅਤੇ ਇਹ ਫਿਰ ਬਾਅਦ ਵਿੱਚ ਗਏ ਹਾਂ ਜਿਸ ਵੇਲੇ ਸਾਰੀ ਡਿਵੈਲਪਮੈਂਟ ਹੋ ਗਈ, ਹਾਂਜੀ, ਅਤੇ ਆਪਣਾ ਇਕਬਾਲ ਸਹੋਰੀ ਸੀਗੇ ਇੱਥੇ ਆਪਣੇ ਸ਼ਿਮਲੇ ਸੀ, ਅਤੇ ਅਸੀਂ ਦੋਵੇਂ ਜਾਣੇ ਮਹਿੰਦਰ ਸਿੰਘ ਅਤੇ ਦੂਸਰੇ ਸੀ ਸਾਰੇ ਉੱਥੇ ਆ ਗਏ, ਅਤੇ ਉਦੋਂ ਰਾਮਪੁਰ ਵਾਲੇ ਖੇੜੇ ਵਾਲੇ ਇਹ ਬਾਬਾ ਜੀ ਵੀ ਉੱਥੇ ਆਏ ਹੋਏ ਸੀਗੇ, ਉਹ ਬੜੇ ਖੁਸ਼ ਹੋਏ ਵੀ ਸਾਰੀ ਚੀਜ਼ ਦੇਖ ਕੇ, ਉਹਨਾਂ ਨੂੰ ਸਾਰਾ ਦੱਸਿਆ ਪਿਛਲੀ ਵੀ ਜੇ ਕੋ ਬਚਨ ਕਮਾਵੇ ਸੰਤਨ ਕਵਰ ਦੱਸਿਆ ਸੀ, ਅਤੇ ਭਾਈ ਬਚਨ ਕਮਾਇਆ, ਬਾਕੀ ਸਾਰੀ ਅਕਾਲ ਪੁਰਖ ਦੀ ਖੇਡ ਹੈ, ਹਾਂਜੀ। ਉਹ ਫਿਰ ਉੱਥੇ ਡਿਵੈਲਪਮੈਂਟ ਇਹਦੀ ਸਾਰੀ ਹੋਈ ਹੈ, ਅਤੇ ਬਾਬਾ ਰਾਮ ਸਪੁਰ ਖੇੜੇ ਵਾਲਿਆ ਸੀ ਉੱਥੇ ਇਹਨਾਂ ਦੇ ਰਹਿਣ ਸਮਾਈਆਂ ਉੱਥੇ ਵੀ ਘਰ ਆਉਂਦੇ ਹੁੰਦੇ ਹੁੰਦੇ ਇਹਨਾਂ ਦੇ ਜਿੱਥੇ ਰਾਮਪੁਰ ਖੇੜਾ ਹੈਗਾ, ਉੱਥੇ ਵੀ ਬਾਬਾ ਤੇਜਸਵਰੀ ਗਏ ਸੀਗੇ, ਅਤੇ ਉੱਥੇ ਉਹਨਾਂ ਜਿਹੜੀ ਥਾਂ ਉਹਨਾਂ ਨੇ ਮਰੀ ਸੀ ਉੱਥੇ ਭੂਤ ਪ੍ਰੇਤ ਆਉਂਦੇ ਹੁੰਦੇ ਸੀਗੇ, ਹਾਂਜੀ, ਅਤੇ ਉਹ ਬਾਬਾ ਰਾਮ ਖੇੜ ਉਹਨਾਂ ਨੇ ਡੇਰਾ ਹੀ ਲਾ ਲਿਆ ਉੱਥੇ, ਕਿਉਂਕਿ ਲੋਕ ਕਈ ਆਲੇ ਦੁਆਲੇ ਪਿੰਡ ਵਾਲੇ ਉੱਥੋਂ ਲੱਗਦੀ ਲੰਘਣੇ ਨਹੀਂ ਸੀਗੇ, ਡਰਦੇ ਹੁੰਦੇ ਸੀਗੇ, ਅਤੇ ਉਹ ਸਾਰੇ ਫਿਰ ਭਜਾਏ ਇਹਨਾਂ ਨੇ ਉੱਥੇ ਬੰਦਗੀ ਕਰਕੇ, ਅਤੇ ਬਾਬਾ ਤੇਜਸਵਰੀ ਵੀ ਉੱਥੇ ਗਏ ਸੀ, ਉਹਨਾਂ ਦੇ ਨਾਲ ਜਦੋਂ ਇਹ ਗਏ ਅਸੀਂ ਵੀ ਉੱਥੇ ਜਾ ਕੇ ਨਮਸਕਾਰ ਕਰਕੇ ਅਤੇ ਇਹਨਾਂ ਦੇ ਦਰਸ਼ਨ ਕੀਤੇ ਸੀ। ਸੋ ਇਹ ਫੋਟੋ ਜਿਹੜੀ ਹੈਗੀ ਆ ਇਹ ਉਦੋਂ ਉੱਥੇ ਆਏ ਸੀ ਆਪਸ ਵਿੱਚ, ਇਹਨਾਂ ਬੜੂ ਸਾਹਿਬ ਦੀ ਫੋਟੋ ਆ ਜਿੱਥੇ ਬੜੂ ਸਾਹਿਬ ਦੀ ਫੋਟੋ ਆ, ਅਤੇ ਇਹ ਜਿਹੜੀਆਂ ਰੂਹਾਂ ਹੁੰਦੀਆਂ ਨਾ ਮਤਲਬ ਕਿ ਇਹ ਬੰਦਗੀਆਂ ਆਈਆਂ ਜੀ, ਇਹਨਾਂ ਦੀ ਤਾਰ ਮਿਲਦੀ ਹੁੰਦੀ ਆ ਜੀ, ਹਾਂਜੀ, ਸਾਨੂੰ ਨਹੀਂ ਪਤਾ ਲੱਗਦਾ ਇਹ ਖੇਡ ਇਹਨਾਂ ਦੀ ਆ, ਹਾਂਜੀ,
ਬਖਸ਼ਿਸ਼ਾਂ ਹੁੰਦੀਆਂ ਜੋ ਪਰਮਾਤਮਾ ਨੇ ਨਾਲੇ ਇਹਨਾਂ ਕੋਲੋਂ ਸੇਵਾਵਾਂ ਲੈਣੀਆਂ ਹੁੰਦੀਆਂ ਉਹ ਹੋਣੀਆਂ ਹੀ ਹੁੰਦੀਆਂ ਨੇ। ਸੋ ਇਹ ਫਿਰ ਉੱਥੇ ਹੌਲੀ ਹੌਲੀ ਸਾਰਾ ਉਹ ਡਿਵੈਲਪ ਸਾਰਾ ਹੋਇਆ ਹੈ। ਬਾਬਾ ਤੇਜਾ ਸਿੰਘ ਦੀ ਪਰਸਨੈਲਿਟੀ ਬਾਰੇ ਕੁਛ ਦੱਸੋ। ਪਰਸਨੈਲਿਟੀ ਉਹਨਾਂ ਨੇ ਸਮਝੀ ਨਹੀਂ ਆਪਣੀ, ਉਹ ਤਾਂ ਬ੍ਰਹਮ ਗਿਆਨੀ ਦੀ ਅਵਸਥਾ ਸੀ ਜੀ, ਸਰੀਰ ਤੋਂ ਉੱਪਰ ਸਨ। ਜਿੰਨੀਆਂ ਉਹਨਾਂ ਨੇ ਕੁਆਲੀਫਿਕੇਸ਼ਨ ਬਾਹਰ ਜਾ ਕੇ ਲਈਆਂ ਹਾਂਜੀ, ਕੈਲੀਫੋਰਨੀਆ, ਇੱਧਰ ਹੋਰ ਯੂਨੀਵਰਸਿਟੀ, ਇੰਗਲੈਂਡ ਵੀ ਗਏ ਪਹਿਲਾਂ ਸਾਰੇ ਇੱਧਰ ਲੱਗਣ। ਇਹਨਾਂ ਨੇ ਸਭ ਤੋਂ ਪਹਿਲਾਂ ਨੌਰਥ ਅਮਰੀਕਾ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਨੌਰਥ ਅਮਰੀਕਾ ਦੇ ਵਿੱਚ ਬਣਿਆ, ਕੈਨੇਡਾ ਅਮਰੀਕਾ ਦੇ ਵਿੱਚ ਸਟਾਕਟਨ ਕੈਲੀਫੋਰਨੀਆ, ਇੰਗਲੈਂਡ ਵਿੱਚ ਵੀ ਪਹਿਲਾਂ ਗੁਰਦੁਆਰਾ ਉੱਥੇ ਬਣਿਆ, ਇਹਨਾਂ ਨੇ ਬਣਾਇਆ ਸੀ। ਸੋ ਇਹ ਆ ਵੀ ਇਹ ਸੇਵਾ ਸੱਚੇ ਪਾਤਸ਼ਾਹ ਨੇ ਇਹਨਾਂ ਕੋਲੋਂ ਲੈਣੀ ਸੀ, ਪੜ੍ਹਾਈ ਦਾ ਬਹਾਨਾ ਸੀ। ਜੋ ਕੁਛ ਹੋਇਆ ਇਹਨਾਂ ਨੂੰ ਕਿਸੇ ਕਈ ਯੂਨੀਵਰਸਿਟੀ ਪੱਗ ਵਾਲੇ ਨੂੰ ਐਡਮਿਸ਼ਨਾਂ ਨਾ ਮਿਲਣੀਆਂ, ਅਤੇ ਇਹਨਾਂ ਨੇ ਪ੍ਰੋਫੈਸਰ ਨਾਲ ਜਾ ਕੇ ਜਦੋਂ ਗੱਲਾਂ ਕਰਨੀਆਂ ਅਤੇ ਉਹਨਾਂ ਨੇ ਕਨਵਿੰਸ ਹੋ ਜਾਣਾ ਅਤੇ ਫਿਰ ਉਹਨਾਂ ਨੂੰ ਜਗ੍ਹਾ ਮਿਲ ਜਾਣੀ। ਪਰ ਜਿਸ ਤਰ੍ਹਾਂ ਇਹਨਾਂ ਦਾ ਸਾਰਾ ਹੋਣਾ ਸੀ, ਇਹਨਾਂ ਦਾ ਹੁੰਦਿਆਂ ਹੁੰਦਿਆਂ ਹੀ ਉਹ ਇਹ ਸਾਰੇ ਇੱਥੇ ਕੈਨੇਡੇ ਵਿੱਚ ਇਹ ਗੱਲ ਹੋਈ ਵੀ ਇਹਨਾਂ ਸਾਰਿਆਂ ਨੂੰ ਭੇਜੋ ਹੋਂਡੂਰਸ, ਇਹਨਾਂ ਨੇ ਮੁਕਦਮੇ ਲੜੇ ਸਾਰੇ, ਸਾਰਾ ਉਹ ਸਾਰਾ ਇਹਨਾਂ ਦਾ ਠੀਕ ਸਾਰਾ ਕੀਤਾ। ਇਹ ਸਾਰੀਆਂ ਸੇਵਾਵਾਂ ਹੋਈਆਂ ਸੀ ਅਤੇ ਉਹਦਾ ਨਾਲ ਸੰਗਤ ਦਾ ਪ੍ਰੇਮ ਬਣਨਾ ਸੀ ਅਤੇ ਗੁਰਦੁਆਰੇ ਡਿਵੈਲਪ ਹੋ ਗਏ ਸੀ। ਅੱਜ ਆਪਾਂ ਬੈਠੇ ਹਾਂ ਜੀ, ਇਹ ਸਾਰੀ ਸੱਚੇ ਪਾਤਸ਼ਾਹ ਦੀ ਖੇਡ। ਦੇਖੋ ਕਿ ਕਿਸੇ ਰੂਹ ਕੋਲੋਂ ਕੀ ਕੰਮ ਕਰਾਉਣਾ ਹੈ, ਇਹ ਤਾਂ ਉਹ ਕੱਲ੍ਹ ਪੁਰਖ ਕਰਵਾ ਰਿਹਾ ਹੈ ਜੀ। ਵੈਸਟਰਨ ਐਜੂਕੇਸ਼ਨ ਦੇ ਵਿੱਚ ਕਾਫੀ ਕੁਆਲੀਫਾਈਡ ਸੀ ਉਹ, ਦੇਖੋ ਹਾਰਵਰਡ ਤੋਂ, ਹਾਰਵਰਡ ਦੇ ਵਿੱਚ ਹਾਰਵਰਡ ਤੋਂ ਡਿਗਰੀ ਲਈ, ਫਿਰ ਕੋਲੰਬੀਆ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਲਈ ਆ, ਦੇਖੋ ਐਲਐਲਬੀ ਦੀ ਉਥੋਂ ਲਾਰੋ ਲਈ ਉਸ ਟਾਈਮ ਤੇ ਰਾਈਟ। ਸੋ ਸਾਰੇ ਉਹਨਾਂ ਨੇ ਕੇਸ ਇੱਥੇ ਲੜੇ ਤੇ ਮਤਲਬ ਕੀ ਹੈ ਸਾਰਾ, ਹੀ ਵਾਸ ਜਿਹਨੂੰ ਕਹਿੰਦੇ ਆ ਐਮਬੈਸਡਰ ਫॉर द ਰਿਲੀਜੀਅਨ ਰਾਈਟ ਐਟ ਦੈਟ ਟਾਈਮ। ਸੋ ਉਦੋਂ ਇਹ ਬਹੁਤ ਵਧੀਆ ਗੱਲ ਸੀ ਵੀ ਆਪਣੇ ਜਿਹੜੇ ਗੁਰਸਿੱਖ ਸੀ ਪੜ੍ਹਾਈ ਦੇ ਵਿੱਚ ਵੀ ਦੇ ਵਰ ਟਾਪ ਆਫ ਦਾ ਲਾਈਨ, ਹੈ ਨਾ, ਟਾਪ ਆਫ ਟਾਪ ਕਲਾਸ ਦੇ ਵਿੱਚ ਹੁੰਦੇ ਸੀਗੇ। ਬਿਲਕੁਲ ਬਿਲਕੁਲ, ਉਦੋਂ ਸੱਚੇ ਪਾਤਸ਼ਾਹ ਦਾ ਥੀਮ ਆਈ ਥਿੰਕ ਤੁਸੀਂ ਦੱਸਦੇ ਹੁੰਦੇ ਆ ਪਾਪਾ ਜੀ ਵੀ ਬਾਬਾ ਅਤਰ ਸਿੰਘ ਦੀ ਇਹ ਜਿਹਨੂੰ ਡ੍ਰੀਮ ਕਹਿੰਦੇ ਆ ਵੀ ਸਿੱਖ ਦੀ ਪੜ੍ਹਾਈ ਨਾਲ ਸਿੱਖੀ ਅਤੇ ਪੜ੍ਹਾਈ, ਉਹਨਾਂ ਦਾ ਸੀ ਸਿੱਖੀ ਸਿੱਖਿਆ ਗੁਰ ਵਿਚਾਰ। ਉਹ ਕਹਿੰਦੇ ਸੀ ਜੇ ਪੜ੍ਹੇ ਲਿਖੇ ਹੋਣਗੇ ਜਿਹੜੇ ਪ੍ਰੋਫੈਸ਼ਨਲ ਰਾਗੀ ਨੇ ਦੂਸਰੇ, ਉਹਨਾਂ ਦਾ ਕਹਿੰਦੇ ਸੀ ਧਿਆਨ ਮਾਇਆ ਵੱਲ ਰਹਿੰਦਾ ਜੀ। ਉਹ ਕੀਰਤਨ ਬਹੁਤ ਸੋਹਣਾ ਕਰਦੇ ਸੀ, ਕਿਰਨਾ ਮਾਰਦੇ ਸੀ, ਵਿੱਚ ਦੂਸਰਾ ਤਾਂ ਸਰਗਮ ਬੋਲਦੇ ਸੀ, ਇਹ ਕਰਦੇ ਸੀ, ਉਹ ਕਹਿੰਦੇ ਵੀ ਮਤਲਬ ਇਹ ਸਾਡਾ ਲੋਕ ਸਾਨੂੰ ਹੋਰ ਰੁਪਈਏ ਦੇਣ ਅਤੇ ਦੂਸਰਾ ਕਰ ਜੀ। ਪਰ ਮਹਾਰਾਜਾ ਇਹ ਖਿਆਲ ਸੀ, ਉਹ ਕਹਿੰਦੇ ਨਹੀਂ, ਕੀਰਤਨ ਹਰ ਇੱਕ ਸਿੱਖ ਨੇ ਸਿੱਖਣਾ ਹੈ ਜੀ। ਹਾਂਜੀ, ਉਹ ਆਪ ਕੀਰਤਨ ਕਰਦੇ ਸੀ। ਮਹਾਰਾਜ ਬਾਬਾ ਤੇਜਾ ਸੋਰੀ ਵਿਚਰ ਗਈ ਸਭ ਤਾਤ ਗ੍ਰਹਿ ਜਬ ਤੇ ਸਾਧ ਸੰਗਤ ਪਾਈ, ਛੋਟੇ ਛੋਟੇ ਸ਼ਬਦ ਸੰਗਤ ਨੂੰ ਨਾਲੇ ਅਰਥ ਕਰਕੇ ਦੱਸਣੇ ਸਾਰਾ ਕਰਨਾ, ਬਗੈਰ ਵਾਜੇ ਢੋਲਕੀ ਤੋਂ ਵੀ ਮਤਲਬ ਕਿ ਕੀਰਤਨ ਕਰਦੇ ਰਹੇ। ਹਾਂਜੀ, ਅਤੇ ਸੰਤ ਬਾਬੇ ਵੱਡੇ ਵੀ ਵੱਡਿਆਂ ਦਾ ਉਹਨਾਂ ਦਾ ਜਥਾ ਸੰਗਤ ਬਹੁਤ ਨਾਲ ਉਹਨਾਂ ਦੇ ਨਾਲ ਹੁੰਦੀ ਹੁੰਦੀ ਸੀ, ਬੜਾ ਪ੍ਰੇਮ ਸੀਗਾ। ਸੋ ਇਹ ਹੈ ਵੀ ਇਹਨਾਂ ਨੇ ਸਾਰਾ ਆਪਣੇ ਸਰੀਰ ਤੋਂ ਉੱਪਰ ਹੋ ਕੇ ਇੰਨੀਆਂ ਕੁਆਲੀਫਿਕੇਸ਼ਨਸ ਹੁੰਦੇ ਹੋਇਆਂ ਵੀ ਜੀ, ਹਾਂਜੀ, ਆਪਣੇ ਆਪ ਨੂੰ ਜਣਾਇਆ ਨਹੀਂ, ਹਾਂਜੀ, ਸੇਵਾ ਨੂੰ ਮੁੱਖ ਰੱਖਿਆ, ਇੱਥੋਂ ਤੱਕ ਕਿ ਕਈ ਵਾਰੀ ਇਹਨਾਂ ਦੀ ਜੇਬ 'ਚ 5 ਸੈਂਟ ਰਹਿ ਜਾਂਦੇ ਹੁੰਦੇ ਸੀ, ਹਾਂਜੀ, ਪਰ ਇਹ ਆਪਣਾ ਨਿਤਨੇਮ ਅਤੇ ਦੂਸਰਾ ਕਦੇ ਇਹਨਾਂ ਨੇ ਨਹੀਂ ਸੀ ਭੁਲਾਇਆ। ਅਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਕਈਆਂ ਦੇ ਇਹਨਾਂ ਨੇ ਕਾਰਜ ਠੀਕ ਕੀਤੇ ਅਤੇ ਗੁਰਦੁਆਰੇ ਵੀ ਬਣਾਏ, ਸੰਗਤਾਂ ਨਾਲ ਬੜਾ ਪ੍ਰੇਮ ਹੋਇਆ ਸਾਰਾ। ਸੋ ਸਾਰੀਆਂ ਕੁਆਲੀਫਿਕੇਸ਼ਨ ਉਹਨਾਂ ਦੀ ਪਰਸਨੈਲਿਟੀ ਜਿਹੜੀ ਸੀਗੀ ਉਹ ਨਾਮ ਦੀ ਪਰਸਨੈਲਿਟੀ ਸੀ, ਹਾਂਜੀ, ਅਤੇ ਗੁਰੂ ਦੇ ਪ੍ਰੇਮ ਦੀ ਅਤੇ ਬਚਨ ਮੰਨਣ ਦੀ ਪਰਸਨੈਲਿਟੀ। ਇੱਕ ਇਹਨਾਂ ਦੀ ਮੈਂ ਦੱਸਾਂਗਾ, ਇੱਧਰੋਂ ਜਦੋਂ ਗਏ ਨਾ ਸਾਰੇ ਇੰਗਲੈਂਡ ਤੋਂ ਸਾਰੇ ਬਣ ਮਸਤੂਆਣੇ ਗੁਰਦੁਆਰੇ, ਉੱਥੇ ਸੇਵਾ ਹੋ ਰਹੀ ਸੀ, ਸੇਵਾ ਹੋ ਰਹੀ ਸੀ ਸਰੋਵਰ ਦੀ, ਮਿੱਟੀ ਪੁੱਟ ਕੇ ਕਦੇ ਵਿੱਚ ਤੇਜਾ ਸੋਰੀ ਇਹ ਵੀ ਸੇਵਾ ਟੋਕਰੀ ਟੁਕੜੀ ਕਰਕੇ ਸੇਵਾ ਕਰੀ।
ਸ਼ਾਮ ਹੋਈ, ਸਾਰੇ ਟੋਕਰੀਆਂ ਰੱਖ ਕੇ ਹੌਲੀ ਹੌਲੀ ਸੰਗਤ ਕੋਲ ਚਲੇਗੀ ਚਲੀ। ਅਤੇ ਇਹਨਾਂ ਨੂੰ ਖਿਆਲ ਆਇਆ ਕਿ ਅੱਜ ਮੈਂ ਬੜੀ ਟੋਕਰੀ ਧੋਈ ਆ, ਸੰਤ ਬਾਬਾ ਜੀ ਦੇ ਹਾਂਜੀ ਬੜਾ ਘੱਟਾ ਪਾਈ ਆ, ਮਿੱਟੀ 'ਤੇ ਅੰਦਰ ਚਲੀ ਗਈ ਹੋਣੀ ਆ, ਅਤੇ ਜੇ ਅੱਜ ਥੋੜ੍ਹੀ ਜਿਹੀ ਗੁੜ ਵਿੱਚ ਨਾ ਜਾਂਦਾ ਜੀ ਉੱਧਰ ਕੀ ਹੈ। ਬਾਬਾ ਜੀ ਬੈਠੇ ਜੀ ਵੱਡੇ, ਸੇਵਕ ਨੂੰ ਕਹਿੰਦੇ ਭਾਈ ਲੰਗਰ 'ਚੋਂ ਗੁੜਤੀ ਪੇਲੀ ਲੈ, ਇਹ ਆ ਕੇ ਜਾਓ ਫਤਿਹ ਬੁਲਾਈ। ਫਤਿਹ ਬੁਲਾਈ ਅਤੇ ਮਹਾਰਾਜ ਕਹਿੰਦੇ ਭਾਈ ਤੇਜਾ ਸਿੰਘ ਜੀ ਅਲੱਗ ਗੁੜ ਲਓ ਦੋ ਹੱਥਾਂ ਓਡਰ ਪੇਲੀ ਗਾਹ ਕਰੀਏ। ਇੱਕਦਮ ਖਿਆਲ ਆਇਆ ਮੂਰਖਾ ਸੇਵਾ ਕੀਤੀ ਹੈ, ਐਡੀ ਗੁੜ ਦੀ ਦਿਲੀ ਤੇਰੇ ਅਜੇ ਮਨ ਇਹ ਸਨ, ਹੁਣ ਫਲ ਲੈ ਲੈ ਖਾ ਲਓ। ਕਹਿੰਦੇ ਉੱਥੇ ਸਾਹਮਣੇ ਖੋਟੇ ਆਪਣੇ ਮੂੰਹ ਦੇ ਉੱਤੇ ਥੱਪੜ ਮਾਰ ਮਹਾਰਾਜ ਦੇ ਰੋਕੇ। ਫਿਰ ਖਿਆਲ ਆਇਆ ਵੀ ਅੱਜ ਤਾਂ ਗੁੜ ਦੀ ਡਲੀ ਪਈ ਅਤੇ ਤੈਨੂੰ ਭੇਲੀ ਮਿਲਣ ਡਈ ਆ, ਜੇ ਤੂੰ ਅੱਜ ਮੁਕਤੀ ਮਿਲਣ ਦਾ ਤੈਨੂੰ ਉਹ ਵੀ ਮਿਲ ਜਾਏਗੀ। ਮਹਾਰਾਜ ਕਹਿੰਦੇ ਉਹ ਵੀ ਮਿਲ ਜਾਏਗੀ, ਉਹ ਵੀ ਮਿਲ ਜਾਏਗੀ। ਕਹਿੰਦੇ ਟੋਕਰੀ ਨਹੀਂ ਛੁੱਟਣੀ, ਸੇਵਾ ਨਹੀਂ ਛੱਡਣੀ, ਸਰੀਰ ਭਾਵੇਂ ਪਿਸ ਜਾਏ ਥੱਲੇ ਪਰ ਸੇਵਾ ਨਹੀਂ ਛੁੱਟਣੀ। ਇਹ ਮਹਾਰਾਜ ਦਾ ਉਪਦੇਸ਼ ਸੀ। ਐਸੀਆਂ ਬਖਸ਼ਿਸ਼ਾਂ ਲੈ ਕੇ ਸੱਚੇ ਪਾਤਸ਼ਾਹ ਜੇ ਕੋ ਬਚਨ ਕਮਾਵੇ ਸੰਤ ਥਾਂ ਥਾਂ 'ਤੇ ਐਜੂਕੇਸ਼ਨ ਸੰਤ ਮਹਾਰਾਜ ਅਤਰ ਸੋਰਾ ਨੇ ਬੜੀਆਂ ਯੂਨੀਵਰਸਿਟੀਆਂ ਬੜੇ ਕਾਲਜ ਖਾਲਸਾ ਕਾਲਜ ਸਾਰੇ ਸਾਰੇ ਜਿਹਨੇ ਸਾਰੇ ਉਹਨਾਂ ਦੇ ਬਣੇ ਹੋਏ ਨੇ। ਐਜੂਕੇਸ਼ਨ ਵੱਲ ਉਹਨਾਂ ਦਾ ਇੰਨਾ ਖਿਆਲ ਸੀ ਅਤੇ ਉਹ ਹੀ ਐਜੂਕੇਸ਼ਨ ਜਿਹੜੀ ਆ ਉਹ ਬੜੀ ਸਾਫ ਸ਼ੁਰੂ ਹੋਈ ਹੈ ਔਰ ਕੰਮ ਕਾਰ ਕਰਨ ਵਾਲੇ ਸਾਰੇ ਮਤਲਬ ਕਿ ਸਾਰੇ ਉਹਨਾਂ ਨੇ ਉਹ ਕਿਤੇ ਬਣਾਏ। ਮੇਰੇ ਕੋਲ ਇੱਕ ਛੋਟੀ ਜਿਹੀ ਕਿਤਾਬ ਆ ਜੋ ਕਦੇ ਤੁਹਾਨੂੰ ਟਾਈਮ ਲੱਗਾ ਤਾਂ ਪੜ੍ਹੇ ਉਹਨਾਂ ਨੇ ਅੰਗਰੇਜ਼ੀ ਵਿੱਚ। ਸੋ ਇਹ ਹੈ ਵੀ ਸੱਚੇ ਪਾਤਸ਼ਾਹ ਦਾ ਇਹ ਸੀ ਵੀ ਜੇ ਗੁਰਸਿੱਖ ਆਪਣਾ ਵੱਡੀਆਂ ਪੋਸਟਾਂ 'ਤੇ ਕੁਆਲੀਫਿਕੇਸ਼ਨ ਲੈ ਕੇ ਤਨਖਾਹਾਂ ਲੈਣਗੇ, ਦਸਵੰਧ ਕੱਢਣ, ਸੇਵਾ ਕਰਨ, ਨਿਸ਼ਕਾਮ ਸੇਵਾ ਕਰਨ, ਇਹ ਉਹਨਾਂ ਦਾ ਆਸ਼ਾ ਸੀ। ਸੋ ਬਾਬਾ ਇਕਬਾਲ ਸਿੰਘ, ਭਾਈ ਖੇਮ ਸਵਰੀ, ਡਾਕਟਰ ਗੁਰਬਖਸ਼ ਸਿੰਘ ਦਾਸ ਹੋਰ ਬੇਅੰਤ ਬੰਦੇ ਹਾਂਜੀ ਸਭ ਕੁਛ ਲੈ ਕੇ ਅਤੇ ਆਪਣਾ ਸੇਵਾ ਮੁੱਖ ਭਾਵ ਰੱਖਿਆ ਹਾਂਜੀ। ਉੱਥੋਂ ਦੀ ਇੱਕ ਸਾਖੀ ਹੋਰ ਤੁਹਾਨੂੰ ਦੱਸਦਾ ਬੜੂ ਸਾਹਿਬ ਦੀ। ਦਾਸ ਉੱਥੇ ਜਦੋਂ ਗਿਆ ਹੋਇਆ ਸੀ ਉੱਥੇ ਕੂਲ ਵਗਦੀ ਸੀ ਅਤੇ ਥੱਲੇ ਜੇ ਅਤੇ ਰਸਤਾ ਉੱਤੇ ਦੇ ਸੀਗਾ, ਅਸੀਂ ਮੈਂ ਥੱਲੇ ਜਾ ਕੇ ਬੈਠ ਗਿਆ, ਬੈਠ ਗਿਆ ਅਤੇ ਉੱਥੇ ਕੂਲ ਦੀ ਆਵਾਜ਼ ਦੇ ਨਾਲ ਸਾਰ ਰਲਾ ਕੇ ਅਤੇ ਮੈਨੂੰ ਬੜੇ ਬੜੇ ਰਾਗ ਉੱਥੇ ਸੁੱਜਾ ਅਤੇ ਮੈਂ ਬੜਾ ਹੀ ਉੱਥੇ ਮਸਤ ਹੋ ਕੇ ਕਦੇ ਕੁਛ ਪੜ ਕਦੇ ਕੁਝ ਵਾਸਤਾ ਦੀ ਬਾਤ ਛੱਕਾ ਛਾਂ ਕੋਈ ਜੜੇ ਚ ਕੋਈ ਚਮਤ ਬਣਾ ਕਦੇ ਕੋਈ ਨਾਲੇ ਐਵੇਂ ਮੈਂ ਹੱਥ ਮਾਰਾਂ ਤਾਲ ਸਿਰ ਹਾਂਜੀ ਉੱਥੇ ਕਰਦਿਆਂ ਕਰਦਿਆਂ ਦਾਸ ਨੂੰ ਖਿਆਲ ਆਇਆ ਜੇ ਤੈਨੂੰ ਕੋਈ ਵੇਖੇ ਵੀ ਤੈਨੂੰ ਮੱਖੀਆਂ ਲੜ ਗਈ ਇਹ ਖਿਆਲ ਆਉਂਦਿਆਂ ਸਾਰੀ ਬੰਦ ਹੋ ਗਿਆ ਸਾਰਾ। ਮੈਂ ਉੱਠ ਖਲੋਤਾ ਉੱਠ ਖੋਲ ਮੈਂ ਕਿਹਾ ਮੈਨੂੰ ਕੋਈ ਵੇਖਦਾ ਤਾਂ ਨਹੀਂ ਜਾਂ ਮੈਂ ਤਾਂ ਵੇਖਿਆ ਸੰਤ ਬਾਬਾ ਤੇਜਾ ਸੋਰੀ ਲਾਲ ਬਾਬਾ ਅਖਬਾਰ ਸੋਰੀ ਖੇਮ ਸੋਰੀ ਇਹ ਮੈਨੂੰ ਵੇਖਣ ਦੇ ਸੀ ਕੀ ਹੋਇਆ। ਮੈਂ ਉੱਥੋਂ ਨੀਵਾਂ ਮੇਰਾ ਸਿਰ ਅਤੇ ਮੈਂ ਤਾਂ ਆਖਿਆ ਮੈਂ ਲੈ ਵੀ ਫੜੇ ਗਏ। ਮੈਂ ਉੱਥੇ ਗਿਆ ਗਿਆ ਜਾ ਕੇ ਚਲੋ ਫਤਿਹ ਬੁਲਾਈ ਫਤਿਹ ਬੁਲਾਈ ਅਤੇ ਮੇਰੇ ਪਿੱਠ ਦੇ ਉੱਤੇ ਇੱਥੇ ਹੱਥ ਮਾਰ ਕੇ
ਜਿਹੜੇ ਪ੍ਰੇਮੀਆਂ ਕੀ ਗੱਲ ਸੀਗੀ? ਮੈਂ ਕਿਹਾ ਜੀ ਉਹ ਨਦੀ ਵਗਦੀ ਸੀਗੀ ਅਤੇ ਉਹ ਸਾਹ ਮੈਂ ਉਹਦੇ ਨਾਲ ਰਲਾ ਕੇ ਮੈਨੂੰ ਤਾਂ ਜੀ ਰਾਗ ਸੋਝੀ ਜਾਂਦੇ ਸੀਗੇ ਅਤੇ ਮੈਂ ਤਾਂ ਅੱਛਾ ਮੈਨੂੰ ਕਹਿੰਦੇ ਨੇ ਤੂੰ ਬੱਚਿਆਂ ਨੂੰ ਕੀਰਤਨ ਸਿਖਾਇਆ ਕਰ। ਸਹੁਰਾ ਨੂੰ ਕਹਿੰਦੇ ਭਾਈ ਤੈਨੂੰ ਵੱਡੀਆਂ ਪੋਸਟਾਂ ਮਿਲਦੀਆਂ ਵੇਖੀ ਕਿਤੇ। ਗੁਰਬਖਸ਼ ਸਹੁਰੀ ਹੈਨੀ ਸੀ ਕਹਿੰਦੇ ਉਹ ਸਿਆਣਾ ਆ ਉਹ ਵੱਡਿਆਂ ਲੜਕਿਆਂ ਨੂੰ ਮਤਲਬ ਕੁਛ ਉਹਨਾਂ ਨੂੰ ਸਿਖਾਇਆ। ਇਕਬਾਲ ਸਹੁਰਾ ਨੂੰ ਕੁਛ ਨਹੀਂ ਆਖਿਆ ਉਹਨਾਂ ਨੂੰ ਸਭ ਕੁਛ ਗੁਪਤ। ਸੋ ਉਹਨਾਂ ਨੇ ਦਿੱਤੀਆਂ ਦਾਤਾਂ ਜਿਹੜੀਆਂ ਨੇ ਉਹ ਇਹਨਾਂ ਸਰੀਰਾਂ ਕੋਲੋਂ ਗਾਹ ਉਹ ਆਪ ਹੀ ਸੇਵਾ ਲਈ ਜਾਂਦੇ ਨੇ ਸਾਡਾ ਇਹਦੇ ਵਿੱਚ ਕੁਛ ਨਹੀਂ। ਸੰਗਤ ਜੀ ਸਾਡਾ ਵੀ ਮਨ ਨਹੀਂ ਕਰਦਾ ਬਾਪੂ ਜੀ ਕੋਲੋਂ ਉੱਠਣ 'ਤੇ ਕਿਉਂਕਿ ਸੱਚੀ ਇਹ ਉਹ ਉਹਨਾਂ ਸਮਿਆਂ ਦੀ ਗੱਲਾਂ ਨੇ ਜਦੋਂ ਕਿ ਇੱਕ ਪਿਆਰ ਦੀ ਜਿਹੜੀ ਉਹ ਤਰੰਗ ਸੀਗੀ ਉਹ ਦਿਲਾਂ ਦੇ ਵਿੱਚੋਂ ਦੀ ਵਹਿੰਦੀ ਸੀ ਅਤੇ ਗੁਪਤ ਵਹਿੰਦੀ ਸੀਗੀ ਬੀਬੀ ਹੈ ਨਾ। ਇਟ ਵਾਜ਼ ਦੇਅਰ ਬਟ ਇਟ ਵਾਜ਼ ਆਲ ਇਨਵਿਜ਼ੀਬਲ ਹੈ ਨਾ। ਪਰ ਉਹ ਇੰਨੀ ਕੁ ਸਟਰੋਂਗ ਸੀ ਮੈਨੂੰ ਲੱਗਦਾ ਵੀ ਉਹ ਦਿਲ ਕਿਵੇਂ ਆਪਸ ਵਿੱਚ ਬੰਨੇ ਜਾਂਦੇ ਸੀ ਅਤੇ ਕਿੱਦਾਂ ਦਿਲੋਂ ਹੀ ਦਿਲੋਂ ਸੀਨਾ ਬਸੀਨਾ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਬਿਲਕੁਲ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਸੀਗੀਆਂ। ਸੋ ਸਰ ਮੈਂ ਇਹ ਖਿਆਲ ਸਾ ਕਰਦਾ ਗਾ ਵੀ ਜਿਹੜੀ ਬਖਸ਼ਿਸ਼ ਹੈ ਨਾ ਜੀ ਉਹ ਤਰੋਂ ਦੀ ਹੈ ਪਰ ਉਹਦੀ ਸੰਯੋਗ ਜਿਹੜੇ ਨੇ ਉਹ ਥੱਲਿਓ ਪਹਿਲਾਂ ਹੀ ਪ੍ਰੀ ਓਰਡੇਨਡ ਹੁੰਦੇ ਆ ਅਤੇ ਉਹ ਹੌਲੀ ਹੌਲੀ ਤੁਹਾਡੇ ਪੂਰੇ ਹੁੰਦੇ ਸਾਰੇ। ਉਹ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਸਾਡਾ ਫਿਊਚਰ ਕੀ ਆ ਲੇਕਿਨ ਤੁਹਾਡੇ ਕੋਲ ਧੱਕੇ ਨਾਲ ਜਿਸ ਤਰ੍ਹਾਂ ਸੇਵਾ ਲੈਣੀ ਹੁੰਦੀ ਨਾ ਸੱਚੇ ਪਾਤਸ਼ਾਹ ਨੇ ਉਹ ਲੈਣੀ। ਹੁਣ ਇਹੀ ਗੱਲ ਉਹਨਾਂ ਦੀ ਸੀਗੀ ਕਿੱਥੇ ਅਸੀਂ ਐਗਰੀਕਲਚਰ ਇੰਸਪੈਕਟਰ ਅਤੇ ਗੱਲ ਨਾ ਬਾਤ ਕਿਤੇ ਬਾਬਾ ਤੇਜਾ ਸਰੋਂ ਦਾ ਇਕਬਾਲ ਸਰੋਂ ਦਾ ਬਣਨਾ ਸੀਗਾ ਸਾਡੇ ਨਾਲ ਫਿਰ ਤੇਜਾ ਸਰੋਂ ਦਾ ਬਣਨਾ ਸੀ। ਫਿਰ ਅਸੀਂ ਜਦੋਂ ਸਮਾਗਮ ਹੁੰਦੇ ਸੀ ਵੱਡੇ ਭਾਈ ਸਾਹਿਬ ਲੁਧਿਆਣੇ ਸੀਗੇ ਅਤੇ ਜਦੋਂ ਅਸੀਂ ਆਉਣਾ ਇੱਥੇ ਫਿਰ ਨਾਰੰਗਵਾਲ ਜਾਣਾ ਉੱਥੇ ਮਹਾਰਾਜ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਨਾਲ ਮਤਲਬ ਕੀ ਆ ਸਾਡਾ ਪ੍ਰੇਮ ਬਣਨਾ ਸ਼ੁਰੂ ਹੋ ਗਿਆ। It's a good transition point. Sangat ji, I know it's really interesting and sada vi mat jame pehla hone keh ke hatya vi sada vi dil nahi karda bapu ji kol uthan de but sama ijazat nahi denda ajj sanu par eh episode nu assi agge agli wari hor bapu ji apa continue karange te sangat ji guru hovange tada bahut bahut dhanwad mera nahi ji eh te akal purakh da dhanwad karna chahida haanji apan nu chalo chalo shukr kharya je koi sade bachan sununga te kahe nu ho prem jaag pave ji। ਸੰਗਤ ਜੀ ਬਿਲਕੁਲ ਜਿਵੇਂ ਬਾਪੂ ਜੀ ਕਹਿੰਦੇ ਆ ਵੀ ਜੇ ਕੋਈ ਬਚਨ ਕਮਾਵੇ ਸੰਤਨ ਕਾ ਸੱਚੇ ਪਾਤਸ਼ਾਹ ਦਇਆ ਕਰਨ ਸਾਡੇ ਸਾਰਿਆਂ 'ਤੇ ਵੀ ਇਹੋ ਜਿਹੀ ਕਲਾ ਵਾਪਰੇ ਅਸੀਂ ਵੀ ਉਹਦੀ ਤਰਸ ਦੇ ਪਾਤਰ ਬਣ ਸਕੀਏ ਮਹਾਰਾਜ ਤਰਸ ਕਰਕੇ ਸਾਡੇ ਤੋਂ ਵੀ ਸੇਵਾ ਲੈਂਦੇ ਰਹਿਣ ਅਤੇ ਸਾਡੀ ਕੋਸ਼ਿਸ਼ ਇਹੀ ਹੈ ਸੰਗਤ ਜੀ ਕਿ ਅਸੀਂ ਤੁਹਾਡੇ ਤੱਕ ਲੈ ਕੇ ਆਈਏ ਇੱਦਾਂ ਦੀ ਪੁਰਾਤਨ ਜਿਹੜੀਆਂ ਸਟੋਰੀਜ਼ ਹੈਗੀਆਂ ਹਨ। ਅਤੇ ਵੀ ਜੀ ਤੁਸੀਂ ਕੁਛ ਕਲੋਜ਼ਿੰਗ ਰਿਮਾਰਕਸ? ਬਸ ਇਹੀ ਮੈਂ ਕਹਿ ਸਕਦਾ ਵੀ ਸਾਡੇ ਕਰਮ ਚੰਗੇ ਆ ਵੀ ਸਾਡੇ ਪਰਿਵਾਰ ਦੇ ਵਿੱਚ ਨਾਨਾ ਜੀ ਅਤੇ ਇਹ ਸਾਡੇ ਪਿੱਲਰ ਹੈਗੇ ਆ ਕੀ ਕਹੀਏ ਜੋ ਕੁਛ ਉਹੀ ਜੈਨਰੇਸ਼ਨ ਤਰ ਜਾਂਦਾ ਹਾਂਜੀ ਅਤੇ ਆਪਾਂ ਇਹਨਾਂ ਤੋਂ ਹੀ ਸਿੱਖਦੇ ਹਾਂ ਜੀ। ਜੋ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਕੁਐਸਚਨ ਆਉਂਦਾ ਆ ਸਿੱਖੀ ਬਾਰੇ ਕੋਈ ਕੁਐਸਚਨ ਹੁੰਦਾ ਆ ਵੀ ਆਰ ਸੋ ਲੱਕੀ ਵੀ ਹੈਵ ਹਿਮ ਅਤੇ ਐਂਡ ਐਵਰੀ ਡੇ ਆਈ ਲਰਨ ਸਮਥਿੰਗ ਨਿਊ ਜੀ ਕੋਈ ਨਵੀਂ ਚੀਜ਼ ਸਿੱਖ ਲੈਂਦੇ ਹਾਂ ਅਤੇ ਇਹੀ ਆਈ ਥਿੰਕ ਵੀ ਇਹ ਮਕਸਦ ਹੈਗਾ ਇਸ ਸੀਰੀਜ਼ ਦਾ ਵੀ ਇੱਕ ਆਪਾਂ ਇਕੱਲੇ ਵੀ ਡੋਂਟ ਵਾਂਟ ਟੂ ਬੀ ਦ ਓਨਲੀ ਲੱਕੀ ਵਨਸ ਲੈਟਸ ਸ਼ੇਅਰ ਇਟ ਵਿਦ ਐਜ਼ ਮੈਨੀ ਪੀਪਲ ਐਜ਼ ਵੀ ਕੈਨ। ਨਹੀਂ ਫੋਰ ਸ਼ੋਰ ਸੰਗਤ ਜੀ ਸਾਡੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਸਾਨੂੰ ਸਪੋਰਟ ਕਰਨ ਲਈ ਇੱਦਾਂ ਹੀ ਸਾਡਾ ਹੌਸਲਾ ਅਫਜ਼ਾਈ ਕਰਦੇ ਰਹਿ ਕਰੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਅਤੇ ਜੇ ਤੁਹਾਡੇ ਕੋਈ ਸੁਝਾਅ ਹੈਗੇ ਨੇ ਜਿਵੇਂ ਅਸੀਂ ਹਰ ਵਾਰੀ ਬੇਨਤੀ ਕਰਦੇ ਹਾਂ ਤੁਹਾਡੇ ਕੁਛ ਫੀਡਬੈਕ ਹੈ ਸੁਜੈਸ਼ਨਸ ਨੇ ਜਾਂ ਤੁਸੀਂ ਯੂ ਹੈਵ ਐਨੀ ਕੁਐਸਚਨਸ ਫੋਰ ਭਾਈ ਸਾਹਿਬ ਜੀ ਹੈ ਨਾ ਸੋ ਯੂ ਕੈਨ ਸਟਿਲ ਕਮੈਂਟ ਔਨ ਦਿਸ ਵੀਡੀਓ ਸੈਂਡ ਅਸ ਐਨ ਈਮੇਲ ਐਂਡ ਜਿਵੇਂ ਕਿ ਹਰ ਵਾਰੀ ਬੇਨਤੀ ਕਰਦੇ ਹਾਂ ਸਾਨੂੰ ਤੁਹਾਡੀ ਫਾਈਨੈਂਸ਼ੀਅਲ ਸਪੋਰਟ ਦੀ ਵੀ ਬਹੁਤ ਲੋੜ ਪੈਂਦੀ ਹੈ ਬਿਕੋਜ਼ ਇੱਦਾਂ ਦੇ ਪ੍ਰੋਗਰਾਮਸ ਲਿਆਉਣ ਵਾਸਤੇ ਬਹੁਤ ਬਿਹਾਇੰਡ ਦ ਸੀਨਸ ਬਹੁਤ ਕੰਮ ਹੈਗਾ ਅਤੇ ਸਪੈਸ਼ਲੀ
ਇਹੋ ਜੀ ਸੀਰੀਜ਼ ਤਾਂ ਜੋ ਆਉਂਦੀਆਂ ਰਹਿਣ, ਚੈਨਲ ਚੱਲਦੇ ਰਹਿਣ ਅਤੇ ਚੰਗੀਆਂ ਚੀਜ਼ਾਂ ਸਾਰੇ ਜੱਗ ਤੱਕ ਪਹੁੰਚਦੀਆਂ ਰਹਿਣ, ਸਾਡੀ ਸਾਰੀ ਸਾਰਿਆਂ ਦੀ ਇੱਕ ਮੋਰਲ ਰਿਸਪੋਂਸੀਬਿਲਟੀ ਹੈਗੀ ਹੈ, ਕਿਉਂਕਿ ਵੀਰ ਜੀ ਭਾਈ ਸਾਹਿਬ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਇੱਥੇ ਸਾਨੂੰ ਟਾਈਮ ਦਿੰਦੇ ਆ ਅਤੇ ਵੀ ਸ਼ੁੱਡ ਵੈਲਿਊ ਇਟ। ਅਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕੀਤਾ ਜਾਵੇ। ਇੱਥੋਂ ਹੀ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਚਾਹਾਂਗੇ, ਨੈਕਸਟ ਟਾਈਮ ਫਿਰ ਮਿਲਾਂਗੇ ਜੀ ਕੁਛ ਹੋਰ ਨਵੀਆਂ ਸੀਰੀਜ਼ ਨਾਲ, ਭਾਈ ਸਾਹਿਬ ਦੇ ਨਾਲ, ਵਿਚਾਰਾਂ ਦੇ ਨਾਲ, ਵੀਰ ਜੀ ਹੁਣਾਂ ਦੀ ਸੀਰੀਜ਼ ਚੱਲਦੀ ਹੈ ਅਤੇ ਹੋਰ ਵੀ ਬਹੁਤ ਸੀਰੀਜ਼ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।